ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਅਮਨ ਸਿੰਘ ਦੀਪ ਅਤੇ ਸਵਾਗਤ ਹੈ ਜੀ ਸਭ ਦਾ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਨੰਬਰ 1 ਚੈਟ ਸ਼ੋਅ ਦੇ ਵਿੱਚ, ਜਿਹਦਾ ਨਾਮ ਹੈ PTC ਸ਼ੋਕੇਸ। ਅੱਜ ਸਾਡੇ ਜੋ ਮਹਿਮਾਨ ਨੇ ਜੀ, ਉਹ ਬੜੇ ਹੀ ਖਾਸ ਨੇ। ਆਪਣੀ ਐਕਟਿੰਗ ਦੇ ਨਾਲ ਤੁਹਾਡੇ ਦਿਲਾਂ ਦੇ ਵਿੱਚ ਵਸੇ ਹੋਏ ਨੇ, ਆਪਣੀ ਕੋਮੇਡੀ ਸਕਿੱਲਸ ਦੇ ਨਾਲ ਸਭ ਨੂੰ ਲੋਟਪੋਟ ਕਰਦੇ ਨੇ। ਬਿਲਕੁਲ, ਮੈਂ ਗੱਲ ਕਰ ਰਿਹਾ ਗੁਰਪ੍ਰੀਤ ਘੁੱਗੀ ਜੀ, ਬੀਨੂ ਢਿੱਲੋਂ ਜੀ ਅਤੇ ਕਰਮਜੀਤ ਅਨਮੋਲ ਭਾਜੀ ਦੀ। ਵੈਲਕਮ ਦੈਮ ਆਲ। ਵੈਲਕਮ ਹੈ ਭਾਜੀ, ਪੰਜਾਬੀ ਫਿਲਮ ਇੰਡਸਟਰੀ ਦੇ ਨੰਬਰ 1 ਕਮੇਡੀਅਨਸ ਦਾ, ਪੰਜਾਬੀ ਫਿਲਮ ਇੰਡਸਟਰੀ ਦੇ ਨੰਬਰ 1 ਚੈਟ ਸ਼ੋਅ ਦੇ ਵਿੱਚ। ਇਹ ਨੰਬਰ 1 ਪਰ ਕਿਹਾ ਕਿਨੂੰ ਭਾਜੀ ਦੱਸ ਤਾ ਭਾਈ, ਤਿੰਨੋ ਤੁਸੀਂ ਇਹ ਤਿੰਨ ਹੋ ਗਈ ਸਾਡੀ। ਮੈਂ ਕਿਹਾ ਨੰਬਰ 1 ਦੀ ਲੜਾਈ ਨਾ, ਇਹ ਤਾਂ ਪੰਗਾ ਪਾਤਾ ਭਾਜੀ ਤੁਸੀਂ। ਨਹੀਂ ਪਰ ਮੈਂ ਇਹਦਾ ਜਵਾਬ ਦੇ ਦਿੰਦਾ, ਇਹ ਨੰਬਰ 1 ਸਾਡੇ ਨੰਬਰ 1 ਸਾਡੇ ਭਾਜੀ ਇਹ ਸਾਰੇ ਦੋ ਨੰਬਰ ਹੀ ਹੈ ਭਾਜੀ। ਨਹੀਂ ਸਾਡੇ ਇਸ ਵੇਲੇ ਟੌਪ ਸਟਾਰ ਨੇ ਕਾਮੇਡੀ ਦੇ, ਔਰ ਇਹ ਵਾਕਈ ਤੁਸੀਂ ਕਹਿ ਸਕਦੇ ਹੋ ਕਿ ਟੀਮ ਨੰਬਰ 1 ਜਿਹੜੀ ਹੈ, ਬਿਲਕੁਲ ਜੀ, ਉਹ ਤਾਂ ਅਸੀਂ ਵੀ ਐਕਸੈਪਟ ਕਰਦੇ ਹਾਂ ਵੀ ਕਿਤੇ ਇਸ ਵੇਲੇ ਕੈਰੀ ਔਨ ਜੱਟਾ ਜਿਹੜੀ ਹੈ ਉਹੀ ਟੀਮ ਜਿਹੜੀ ਹੈ, ਜਿਹੜੇ ਅਸੀਂ ਬਣਾਏ ਹੋਏ ਭਾਜੀ ਉਹਨਾਂ ਦੇ ਬਣਾਏ ਹੋਏ ਭਾਜੀ ਉਹਨੂੰ ਦੇਖ ਦੇਖ ਕੇ ਇਹ ਹੁਣ ਮੈਨੂੰ ਬਣਾ ਰਹੇ ਆ। ਇਹ ਤਾਂ ਸਭ ਦੱਸ ਰਹੇ ਸੀ, ਇੱਕ ਹਾਸੇ ਸੌਂਦ ਪ੍ਰੋਗਰਾਮ ਆਉਂਦਾ ਸੀਗਾ ਉੱਥੇ, ਭਾਜੀ ਉਹਨਾਂ ਦੇ ਸਾਹਮਣੇ ਅਸੀਂ ਪਰਫਾਰਮ ਕਰਦੇ ਸੀਗੇ ਤੇ ਸਾਡੀਆਂ ਬਰੀਕੀਆਂ ਜਿਹੜੀਆਂ ਤੁਹਾਨੂੰ ਜ਼ਿੰਦਗੀ ਇਹੀ ਦੱਸਦੇ ਸੀ, ਹਨਾ ਉਹ ਭਾਜੀ ਹੁਣੀ ਸਾਨੂੰ ਭਾਜੀ ਵੀ ਦੇਖਿਆ ਭਾਜੀ, ਸਾਡੇ ਹੈੱਡ ਮਾਸਟਰ ਸੀਗੇ ਕਮਾਲ ਕਮਾਲ ਬੰਦੇ ਨੇ ਜੀ, ਇਸ ਵੇਲੇ ਲੀਡ ਕਰ ਰਹੇ ਨੇ ਇੰਡਸਟਰੀ ਨੂੰ, ਪ੍ਰਾਊਡ ਆਫ ਯੂ। ਭਾਜੀ ਲੋਕਾਂ ਦਾ ਇੰਤਜ਼ਾਰ ਖਤਮ ਹੋਇਆ ਔਰ ਤੁਹਾਡਾ ਸ਼ੁਰੂ, ਕਿੰਨੇ ਐਕਸਾਈਟਿਡ ਹੋ ਰਿਲੀਜ਼ ਨੂੰ ਲੈ ਕੇ? ਗੱਲ ਇਹ ਆ ਵੀ ਜਦੋਂ ਘਰ 'ਚ ਬੇਬੀ ਜੰਮਦਾ ਹੈ ਨਾ, ਚਾਹ ਤਾਂ ਬਹੁਤ ਚੜ੍ਹਦਾ ਵੀ ਕਦੋਂ ਇਹਨੂੰ ਸਕੂਲ ਭੇਜਾਂਗੇ, ਵੱਡਾ ਹੋ ਕੇ ਪੜ੍ਹੇਗਾ ਫਿਰ ਕੀ ਬਣੇਗਾ, ਉਨੀ ਐਕਸਾਈਟਮੈਂਟ ਆਰਟਿਸਟ ਨੂੰ ਜਾਂ ਜਿੰਨੇ ਪ੍ਰੋਡਿਊਸਰ ਡਾਇਰੈਕਟਰ ਨੂੰ ਹੁੰਦੀ ਹੈ, ਜਿੰਨੇ ਉਹ ਚੀਜ਼ ਬਣਾਈ ਹੁੰਦੀ ਹੈ ਵੀ ਅਸੀਂ ਬਣਾਤੀ ਹੈ, ਹੁਣ ਇਹ ਚੀਜ਼ ਸਾਡੇ ਕੋਲ ਹੈ, ਜਿੱਦਣ ਆਡੀਅੰਸ ਕੋਲ ਜਾਂਦੀ ਹੈ ਉਸ ਤੋਂ ਬਾਅਦ ਕਿਵੇਂ ਬਿਜ਼ਨਸ ਕਰਦੀ ਹੈ, ਕਿਵੇਂ ਲੋਕ ਇਹਨੂੰ ਪਿਆਰ ਦਿੰਦੇ ਆ, ਕਿਵੇਂ ਲੋਕ ਇਹਨੂੰ ਇੰਜੋਏ ਕਰਦੇ, ਰੈਲਿਸ਼ ਕਰਦੇ, ਐਕਸਾਈਟਮੈਂਟ ਤਾਂ ਡੈਫੀਨੇਟਲੀ ਬਹੁਤ ਜ਼ਬਰਦਸਤ ਹੈ। ਅੱਛਾ ਭਾਈ, ਜਦੋਂ ਇੱਕ ਚੀਜ਼ ਪਹਿਲਾਂ ਹਿੱਟ ਹੁੰਦੀ ਹੈ, ਦੁਬਾਰਾ ਉਹਦਾ ਸੀਕੁਅਲ ਬਣਦਾ ਹੈ, ਯਾਨੀ ਕਿ ਪਾਰਟ 2 ਬਣਦਾ, ਤਾਂ ਹੋਰ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਬਈ ਨਹੀਂ, ਪਰਮਾਤਮਾ ਕਰੇ ਭਾਜੀ ਸੁਪਰ ਡੁਪਰ ਹਿੱਟ ਹੋਵੇ, ਔਰ ਬਟ ਇੱਕ ਜ਼ਿੰਮੇਵਾਰੀ ਵੱਧ ਜਾਂਦੀ ਕਿ ਇਸ ਵਾਰੀ ਨਵਾਂ ਕੀ ਦੇਣਾ। ਸੋ ਇਸ 'ਚ ਕੁਛ ਤੁਹਾਨੂੰ ਲੱਗਦਾ ਸੀ ਕਿ ਬਈ ਮੈਂ ਕੁਛ ਹੋਰ ਨਵਾਂ ਕਰਨਾ ਜਾਂ ਕੋਈ ਡਿਫਿਕਲਟ ਸੀਗਾ? ਇਹ ਜੀ ਨਰੇਸ਼ ਕਥੂਰੀ ਉਹਨਾਂ ਦੀ ਲਿਖੀ ਹੋਈ ਸਕ੍ਰਿਪਟ ਹੈ, ਅਤੇ ਉਹ ਆਲਰੇਡੀ ਪਹਿਲੇ ਬਹੁਤ ਵਧੀਆ ਆਪਦੀ ਛਾਪ ਛੱਡ ਚੁੱਕਿਆ, ਜਿੰਨੀਆਂ ਵੀ ਮੂਵੀਜ਼ ਉਹਨਾਂ ਨੇ ਲਿਖੀਆਂ ਨੇ ਨਰੇਸ਼ ਕਥੂਰੀਆ ਜੀ ਨੇ, ਉਹਨਾਂ ਦੇ ਡਾਇਲੋਗਸ 'ਤੇ ਦੇਖ ਲਓ ਜਾਂ ਉਹਨਾਂ ਦੇ ਸਕਰੀਨ ਪਲੇ ਲੈਵਲ 'ਤੇ ਦੇਖ ਲਓ, ਅਤੇ ਉਸ ਤੋਂ ਉੱਤੇ ਸਮੀਪ ਕੰਗ ਜੀ ਸਾਡੇ ਜਿਹੜੇ ਕੈਰੀ ਓਨ ਜੱਟਾ ਫਸਟ ਦੇ ਵੀ ਕਾਫੀ ਮੂਵੀਜ਼ ਕੀਤੀਆਂ ਨੇ ਸਾਡੇ, ਜਾਣ ਦੀ ਹੁਣ ਤਾਂ ਗੂੰਗੇ ਦੀਆਂ ਰਮਜਾ ਮਾਂ ਸਮਝਣ ਵਾਲੀ ਗੱਲ ਹੈ ਸਰ, ਜਦੋਂ ਕੁਛ ਸਾਡਾ ਡਾਇਰੈਕਟਰ ਸਾਡੇ ਬੌਸ ਨੇ, ਉਹ ਜਦੋਂ ਵੀ ਕੁਛ ਚਾਹੁੰਦੇ ਤਾਂ ਅਸੀਂ ਉਹਨਾਂ ਦੀ ਅੱਖਾਂ 'ਚ ਪੜ੍ਹ ਕੇ ਪੜ੍ਹ ਲੈਂਦੇ ਵੀ ਹੁਣ ਇਹ ਚਾਹੁੰਦੇ ਕੀ ਨੇ, ਕਿੱਦਾਂ ਦੀ ਮੂਵਮੈਂਟ ਚਾਹੁੰਦੇ ਨੇ, ਸਾਡੇ ਤੋਂ ਚਾਹੁੰਦੇ ਕੀ ਨੇ, ਬਾਕੀ ਖਲਾਰਾ ਪਾਉਣ ਵਾਲੇ ਅਸੀਂ ਸਾਰੇ ਜਾਣੇ ਹੈਗੇ ਆ, ਪਰ ਇੱਕ ਦਿਮਾਗ 'ਚ ਇਹ ਜ਼ਰੂਰ ਸੀਗਾ ਵੀ ਬਹੁਤ ਵਧੀਆ ਕਨਸੈਪਟ ਹੋਣਾ ਚਾਹੀਦਾ, ਕੈਰੀ ਓਨ ਜੱਟਾ ਫਸਟ ਨੂੰ ਬੀਟ ਕਰਨਾ ਬਹੁਤ ਵੱਡੀ ਗੱਲ ਸੀਗੀ, ਤਾਂ ਇੱਕ ਵੱਖਰਾ ਕਨਸੈਪਟ ਲੈ ਕੇ ਆਏ ਨਰੇਸ਼ ਕਥੂਰੀਆ ਹੋਣੀ, ਸਮੀਪ ਕੰਗ ਵੀਰ ਹੋਣੀ, ਅਤੇ ਬੜਾ ਵੱਡਾ ਉਹਨਾਂ ਦਾ ਉੱਦਮ ਹੈ ਅਤੇ ਬਹੁਤ ਮਿਹਨਤ ਨਾਲ ਇਹ ਮੂਵੀ ਬਣੀ ਹੈ, ਅਤੇ ਔਰ ਬਾ ਕਮਾਲ ਮੂਵੀ ਹੋਣੀ, ਤੁਸੀਂ ਜਾਣਦੀ ਜਿੰਨਾ ਇੰਤਜ਼ਾਰ ਕਰਾਇਆ ਤੁਸੀਂ ਕਹੋਗੇ ਵਾਕਈ ਇੰਤਜ਼ਾਰ ਦਾ ਯਾਰ ਮੁੱਲ ਪਿਆ, ਕਿਉਂਕਿ ਹੁਣ ਵੀ ਗੱਲ ਐਂ ਹੁੰਦੀ ਹੈ ਕਿ ਬਈ ਫਿਲਮ ਬਣਾਉਣੀ ਕਿੱਦਾਂ ਦੀ ਬਣਾਉਣੀ, ਕੈਰੀ ਓਨ ਜੱਟਾ ਵਰਗੀ ਬਣ ਜਾਏ ਤਾਂ ਬਹੁਤ ਵਧੀਆ ਹੈ ਨਾ, ਸੋ ਇਹ ਆਪਣੇ ਆਪ ਲਈ ਬੜਾ ਵੱਡਾ ਕੰਪਲੀਮੈਂਟ ਹੈ ਕਿ ਲੋਕ ਹਾਲੇ ਵੀ ਉਸ ਫਿਲਮ ਨਾਲ ਕੰਪੇਅਰ ਕਰਦੇ ਨੇ। ਸਾਨੂੰ ਇਹੀ ਹੈ ਵੀ ਹੁਣ ਆਪਦਾ ਰਿਕਾਰਡ ਆਪ ਤੋੜੇ ਤਾਂ ਬਹੁਤ ਵਧੀਆ ਗੱਲ ਹੈ ਨਾ, ਬਿਲਕੁਲ ਬਾਈ ਟੁੱਟੇਗਾ। ਬਾਕੀ ਜਿਹੜਾ ਨੰਬਰ 1 ਪਹਿਲੀ ਜਿਹੜੀ ਸੀਗੀ ਕੈਰੀ ਓਨ ਜੱਟਾ, ਜਿੱਥੇ ਉਹ ਛੱਡੀ ਸੀ ਮੇਰਾ ਖਿਆਲ ਉੱਥੋਂ ਹੀ ਸ਼ੁਰੂ ਹੁੰਦੀ ਹੈ, ਬਿਲਕੁਲ ਜਿੰਨੀ ਪੇਸ ਉਹਦੀ ਬਣੀ ਸੀ ਜਿੱਥੇ ਉਹ ਛੱਡੀ ਹੈ ਉੱਥੋਂ ਤਾਂ ਇਹ ਫਿਲਮ ਸ਼ੁਰੂ ਹੁੰਦੀ ਹੈ, ਤੇ ਤੁਸੀਂ ਦੇਖੋ ਅੱਗੇ ਕਿੰਨਾ ਖਲਾਰਾ ਪੈਣਾ, ਔਰ ਡੈਫੀਨੇਟਲੀ ਜਿੱਦਾਂ ਫਲਾਈਟ ਵਿੱਚ ਬੈਲਟਾਂ ਲਾ ਕੇ ਬਹਿਣਾ ਪੈਂਦਾ, ਇਹਦੇ ਵਿੱਚ ਵੀ ਮਤਲਬ ਸਿਨੇਮਾ 'ਚ ਵੀ ਲੋਕੀ ਬੈਲਟਾਂ ਲਾ ਕੇ ਬੈਠਣਗੇ ਤੇ ਸੇਫ ਰਹਿਣਗੇ, ਵਰਨਾ ਤੇ ਲੱਗਣੀਆਂ ਸ਼ੁਰੂ ਵੀ ਕਰਾਤੀਆਂ, ਕਈ ਸਿਨੇਮੇ ਤਾਂ ਲੱਗਣੀਆਂ ਸ਼ੁਰੂ ਕਰਵਾਤੀਆਂ, ਜਿੱਥੇ ਬੈਲਟਾਂ ਹੀ ਲੱਗੇ ਉੱਥੇ ਰੱਸੀ ਕਹਿੰਦੇ ਵੀ ਲੈ ਜਾਂਦੇ ਜਾਂ ਫਿਰ ਇੱਕ ਦੂਜੇ ਨੂੰ ਫੜ ਕੇ ਰੱਖੋ, ਪਿਆਰ ਵਧੇਗਾ ਨਾਲੇ। ਅੱਛਾ ਭਾਈ, ਇਹ ਜਦੋਂ ਇੰਨੀ ਵੱਡੀ ਸਟਾਰ ਕਾਸਟ ਹੁੰਦੀ ਹੈ ਤਾਂ ਡਾਇਰੈਕਟਰ ਲਈ ਪ੍ਰੋਡਿਊਸਰ ਲਈ ਬੜਾ ਔਖਾ ਹੁੰਦਾ ਸਾਹਮਣਾ ਸਾਰਿਆਂ ਨੂੰ ਮੈਨੇਜ ਕਰਨਾ। ਅਸੀਂ ਖੇਡ ਜਾਂਦੇ ਸੀ ਭਾਜੀ ਬੜੇ ਸਾਹਮਣੇ, ਉਹਨਾਂ ਪਰ ਡਾਂਗਾ ਵਾਲੇ ਰੱਖਦੇ ਸੀ, ਲਾਠੀ ਚਾਰਜ ਹੁੰਦਾ, ਲਾਠੀ ਚਾਰਜ ਹੁੰਦਾ ਸੀ ਭਾਜੀ, ਫਿਰ ਕੰਮ ਕਰਦੇ, ਕੋਈ ਨਿਕਲ ਜਾਂਦਾ ਕਿਧਰੇ ਕੋਈ ਖੇਤਾਂ ਨੂੰ, ਕੋਈ ਕਿਧਰੇ, ਫਿਰ ਇਕੱਠੇ ਕਰਦੇ ਸੀਗੇ। ਨਹੀਂ ਵੈਸੇ ਵਾਕਈ ਤੁਹਾਡੀ ਗੱਲ ਠੀਕ ਹੈ, ਸਮੀਪ ਕੰਗ ਨੂੰ ਅਸੀਂ ਸਾਰੇ ਸਲਿਊਟ ਕਰਦੇ ਹਾਂ ਕਿ ਘੋੜਾ ਤਾਂ ਇੱਕ ਮੱਛਰਿਆ ਨਹੀਂ ਕਾਬੂ ਹੁੰਦਾ, ਇੱਥੇ ਸਾਰੇ ਹੀ ਮੱਛਰੇ ਹੁੰਦੇ, ਉਹਨਾਂ ਨੂੰ ਘੇਰ ਘੇਰ ਕੇ ਸੀਨ 'ਚ ਲਿਆਉਣਾ ਬੜਾ ਔਖਾ, ਕਾਫੀ ਟਫ ਹੋ ਜਾਂਦਾ ਹੈ ਭਾਜੀ ਜੀ। ਇੱਥੇ ਵੱਡੀ ਕਾਸਟ ਇਕੱਠੀ ਕਰਨੀ, ਜਿਹੜਾ ਹੁਣ ਯੁੱਗ ਚੱਲ ਰਿਹਾ ਇਸ ਵੇਲੇ ਸਿਨੇਮਾ 'ਤੇ ਦੌਰ ਚੱਲ ਰਿਹਾ, ਬਹੁਤ ਔਖੀ ਗੱਲ ਹੈ ਇਸ ਵੇਲੇ, ਐਡੀ ਜਣਦੀ ਹਰੇਕ ਬੰਦਾ ਆਪਦੇ ਆਪਦੇ ਕੰਮਾਂ ਦੇ ਵਿੱਚ ਬਿਜ਼ੀ ਹੈ, ਔਰ ਐਡੀ ਕਾਸਟ ਇਕੱਠੀ ਕਰਕੇ ਪ੍ਰੋਡਿਊਸਰ ਆਪ ਬਾਅਦ 'ਚ ਇਕੱਠੇ ਨਹੀਂ ਹੁੰਦੇ, ਜੇ ਇਸ ਪ੍ਰੋਡਿਊਸਰ ਨੇ ਸਾਡੇ ਵਾਈਟ ਹਿਲ ਪ੍ਰੋਡਿਊਸਰ ਐਂਡ ਅਤੇ ਇੱਕ ਹੈਗੇ ਸਾਡੇ ਏ ਐਂਡ ਏ ਐਡਵਾਈਜ਼ਰਸ ਹੈ ਨਾ, ਤਾਂ ਇਹ ਦੋ ਸਾਡੇ ਪ੍ਰੋਡਿਊਸਰਸ ਹੈਗੇ ਨੇ ਜਿਨ੍ਹਾਂ ਨੇ ਉੱਦਮ ਕੀਤਾ ਸਾਡੀ ਇਹ ਮੂਵੀ ਦਾ। ਔਰ ਵੈਸੇ ਵੀ ਦੇਖੋ ਭਾਜੀ, 5 ਸਾਲ ਦਾ ਗੈਪ ਵੀ ਤਾਂ ਪਿਆ, ਕਿਸੇ ਪ੍ਰੋਡਿਊਸਰ ਕੋਲ ਸ਼ਾਇਦ ਇੰਨਾ ਜੁਗਾੜ ਹੀ ਨਹੀਂ ਹੋ ਸਕਿਆ ਵੀ ਇੰਨੀ ਸਟਾਰ ਕਾਸਟ, ਇੱਕ ਟਾਈਮ 'ਤੇ ਸਾਰਿਆਂ ਕੋਲੋਂ ਡੇਟਸ ਲੈਣੀਆਂ, ਫਿਰ ਬਜਟਸ ਉਨੇ ਹੋਣੇ,
ਹਰ ਆਰਟਿਸਟ ਬਿਜ਼ੀ ਹੋ ਗਿਆ ਸੀ ਉਸ ਤੋਂ ਬਾਅਦ ਤੇ ਉਹ ਡੇਟਸ ਲੈਣੀਆਂ ਫਿਰ ਉਹ ਸਾਰਾ ਇੱਕ ਟਾਈਮ ਤੇ ਸੈਟਅਪ ਬਣਾਉਣਾ ਇਟ ਵਾਸ ਅ ਵੈਰੀ ਟਫ ਟਾਸਕ ਕਿਉਂਕਿ ਦੁਬਾਰਾ ਤਾਂ ਦੌਰ ਚੱਲਿਆ ਸਾਰਾ ਤਾਂ ਲੱਗਦਾ ਕਿ ਸਾਰਿਆਂ ਨੂੰ ਕੋਈ ਭਰਪੂਰ ਕੰਮ ਹੈ ਇਸ ਟਾਈਮ ਸਾਰੇ ਆਪਣੇ ਆਰਟਿਸਟਾਂ ਕੋਲ ਅੱਛਾ ਭਾਈ ਇੱਕ ਫੈਨ ਦਾ ਭਰਪੂਰ ਕੋਲੇ ਤਾਂ ਘੱਟ ਹੈ ਕੰਮ ਭਰਪੂਰ ਤਾਂ ਹੁਣ ਦੂਜਾ ਡਾਇਰੈਕਸ਼ਨ 'ਚ ਆ ਗਿਆ ਡਾਇਰੈਕਸ਼ਨ 'ਚ ਲੱਗਿਆ ਨਾ ਉਹ ਤਾਂ ਭਰਪੂਰ ਤਾਂ ਭਰਪੂਰ ਬਲੀ ਤੁਸੀਂ ਕਿੱਦਾਂ ਜਾਣਦੇ ਹੋ ਭਾਈ ਜਾਣਦੇ ਹੋ ਮੈਨੂੰ ਨਾ ਮਿਲਦਾ ਅੱਜ ਮੈਂ ਬਚ ਬਚ ਕੇ ਰਹਿਣਾ ਪੈਣਾ ਤੁਹਾਡੇ ਤੋਂ ਅੱਜ ਉਹ ਤਾਂ ਜੈਸੀ ਵੀ ਕਹਿ ਕੇ ਨਾ ਬਚ ਬਚ ਕੇ ਨਹੀਂ ਬੀਬਾ ਹਾਂ ਅੱਛਾ ਭਾਈ ਇੱਕ ਫੈਨ ਦਾ ਸਵਾਲ ਹੈ ਤੁਹਾਡੇ ਸਭ ਦੇ ਲਈ ਕਿ ਕਾਮੇਡੀ 1 ਦੇ ਵਿੱਚ ਵੀ ਬਹੁਤ ਸੀਗੀ 2 ਦੇ ਵਿੱਚ ਵੀ ਦੇਖਣ ਨੂੰ ਬਹੁਤ ਮਿਲ ਰਹੀ ਹੈ ਬਟ ਕੁਝ ਇੱਕ ਐਕਸਟਰਾ ਐਲੀਮੈਂਟ ਕੀ ਲੈ ਕੇ ਆ ਰਹੇ ਹੋ ਕਿ ਕਰਮਜੀਤ ਅਨਮੋਲ ਐਕਸਟਰਾ ਐਲੀਮੈਂਟ ਲੈ ਕੇ ਆ ਰਹੇ ਹਾਂ ਜੀ ਕਿਉਂਕਿ ਪਿਛਲੀ ਵਾਰੀ ਇਹਨਾਂ ਦਾ ਕਰੈਕਟਰ ਥੋੜ੍ਹਾ ਜਿਹਾ ਨੋਰਮਲ ਸਾਦਾ ਕਰੈਕਟਰ ਸੀ ਐਰ ਕੀ ਬਹੁਤ ਡਿਫਰੈਂਟ ਕਰੈਕਟਰ ਕਰਮਜੀਤ ਨੇ ਕਿੱਦਾਂ ਬੋਲਦੇ ਭਾਜੀ ਇਹਦੇ ਬਿਲਕੁਲ ਵੀਰੇ ਤੁਸੀਂ ਸਹੀ ਗਿਆ ਆ ਜਿਹੜੀ ਗੱਲ ਕੀਤੀ ਹੈ ਨਾ ਟੂੜਾ ਪੱਟਦੇ ਵੀਰ ਦਾ ਜੋ ਕਰੈਕਟਰ ਦੇਖੋ ਇੱਦਾਂ ਦੇ ਬੜੇ ਡਿਫਰੈਂਟ ਐਲੀਮੈਂਟਸ ਨੇ ਲੋਕਾਂ ਨੂੰ ਡਿਫਰੈਂਟ ਸ਼ੇਡਸ ਦੇਖਣ ਨੂੰ ਮਿਲਣਗੇ ਤੇ ਮੈਨੂੰ ਲੱਗਦਾ ਕਿ ਇਸ ਫਿਲਮ ਦੇ ਵਿੱਚ ਜਿਹੜੇ ਗੈਗਸ ਨੇ ਹਾਂਜੀ ਉਹ ਮਤਲਬ ਸ਼ਾਇਦ ਲੋਕਾਂ ਨੇ ਕਦੀ ਇੰਗਲਿਸ਼ ਫਿਲਮਾਂ 'ਚ ਵੀ ਉਦਾਂ ਦੇ ਗੈਗਸ ਨਹੀਂ ਦੇਖੇ ਹੋਣੇ ਜਿੰਨੇ ਹੈਵੀ ਗੈਗਸ ਨੇ ਜਿਹਨੂੰ ਲੋਕਾਂ ਨੇ ਇੰਜੋਏ ਕਰਨਾ ਕੀ ਬਾਤ ਹੈ ਭਾਜੀ ਉਮੀਦ ਆ ਕਿ ਮਤਲਬ ਜੋ ਤੁਸੀਂ ਕਹਿ ਰਹੇ ਹੋ ਉਹ ਤੋਂ ਮੈਨੂੰ ਪਤਾ ਦੁੱਗਣਾ ਹੋਣ ਵਾਲਾ ਕਿਉਂਕਿ ਬੰਦਾ ਆਪਣੀ ਤਰੀਫ ਆਪ ਘੱਟ ਹੀ ਕਰਦਾ ਹੈ ਬਸ ਬਸ ਤੁਸੀਂ ਸਹਿਣੇ ਅਸੀਂ ਤਿੰਗਣਾ ਸੋਚਿਆ ਸੀ ਪਰ ਤੁਸੀਂ ਬਹੁਤ ਘੱਟ ਕਿਹਾ ਫਿਰ ਵੀ ਸ਼ੁਕਰੀਆ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਇੱਕ ਨਿੱਕੇ ਜਿਹੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਦੇ ਉਸ ਪਾਰ ਮਸਤੀ ਡਬਲ ਹੋਣ ਵਾਲੀ ਹੈ ਜੀ ਵੈਲਕਮ ਬੈਕ ਜੀ ਸਭ ਦਾ ਬ੍ਰੇਕ ਤੋਂ ਬਾਅਦ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਨੰਬਰ 1 ਚੈਟ ਸ਼ੋਅ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ ਸੁਪਰ ਕਮੇਡੀਅਨਸ ਦੇ ਨਾਲ ਭਾਅ ਜੀ ਬ੍ਰੇਕ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਮਸਤੀ ਕਰਾਂਗੇ ਹੋਰ ਵੀ ਡਬਲ ਤਰੀਕੇ ਦੇ ਨਾਲ ਤੁਸੀਂ ਤਾਂ ਖੈਰ ਕਰ ਹੀ ਰਹੇ ਆਪਸ 'ਚ ਹੁਣ ਮੈਨੂੰ ਥੋੜ੍ਹਾ ਸ਼ਾਮਿਲ ਕਰੋ ਹਾਂਜੀ ਬਿਲਕੁਲ ਤੁਸੀਂ ਇੱਕ ਦੂਸਰੇ ਨੂੰ ਟੈਗ ਦੇਣੇ ਨੇ ਭਾਅ ਜੀ ਕਿ ਜਿਵੇਂ ਕਿ ਸਭ ਤੋਂ ਵੱਧ ਕੰਜੂਸ ਕੌਣ ਹੈ ਜਾਂ ਖੁਸ਼ ਦਿਲ ਕੌਣ ਹੈ ਮੈਂ ਇੱਕ ਇੱਕ ਕਰਕੇ ਬੋਲਦਾ ਜਾਊਂਗਾ ਤੁਸੀਂ ਦੱਸੀ ਜਾਣਾ ਦੱਸਣਾ ਕਿੰਨੇ ਤਿੰਨੇ ਨਾ ਤੁਸੀਂ ਭਾਅ ਮਿਊਚੁਅਲ ਡਿਸਾਈਡ ਕਰਨਾ ਕਿ ਵੀ ਆਪਾਂ ਤਿੰਨਾਂ 'ਚੋਂ ਸਭ ਤੋਂ ਵੱਧ ਇਹ ਬੰਦਾ ਇਹ ਕਰ ਡਿਸਾਈਡ ਕਰਨ ਦਾ ਟਾਈਮ ਹੈਗਾ ਨਾ ਹੈਗਾ ਹੈਗਾ ਬਸ ਠੀਕ ਹੈ ਠੀਕ ਹੈ ਮੈਨੂੰ ਪਤਾ ਭਾਅ ਤੁਸੀਂ ਇਹ ਕਰ ਲੈਣਾ ਨਹੀਂ ਨਹੀਂ ਸਕਿੰਟਾਂ 'ਚ ਤੁਸੀਂ ਬਹੁਤ ਕੁਛ ਅੱਛਾ ਤਿੰਨਾਂ 'ਚੋਂ ਭਾਅ ਸਭ ਤੋਂ ਵੱਧ ਕੰਜੂਸ ਕੌਣ ਹੈ ਤਿੰਨਾਂ 'ਚੋਂ ਨਹੀਂ ਪਰ ਤਿੰਨੇ ਉਸ ਕੰਜੂਸ ਤੋਂ ਇਫੈਕਟਡ ਜ਼ਰੂਰ ਨੇ ਖਰਚੀਲਾ ਕੌਣ ਸਲਾਹ ਕਰ ਲੋ ਮੈਂ ਦੱਸਾਂਗੇ ਤੁਸੀਂ ਦੇਖੋ ਭਾਈ ਤੁਸੀਂ ਰਹਿ ਰੱਖ ਕੇ ਜਵਾਬ ਨਹੀਂ ਬਿਨੂ ਢਿੱਲੋਂ ਸਰ ਮੈਂ ਤਾਂ ਗੁਆਂਢ 'ਚ ਬੈਠਿਆ ਮੈਂ ਤਾਂ ਗੁਆਂਢ ਮੱਥੇ ਨਾ ਵਿਗਾੜ ਲਈ ਤੁਹਾਡੇ ਵਿੱਚ ਅੱਛਾ ਭਾਈ ਸਭ ਤੋਂ ਵੱਧ ਖਰਚੀਲੇ ਰਹੇ ਕੀ ਬਾਤ ਹੈ ਜੀ ਭਾਈ ਲੱਗਦਾ ਵੀ ਹੈ ਨਾ ਸੋਨੇ ਦੀ ਚੈਨ ਵੀ ਭਾਈ ਉਹਨਾਂ ਨੇ ਪਾਈ ਹੈ ਇਹਨੇ ਆਪ ਚੈਨ ਨਹੀਂ ਪਾਈ ਸਾਨੂੰ ਬੇਚੈਨੀ ਪਾਈ ਬੇਚੈਨੀ ਪਾਈ ਅਸੀਂ ਮੇਲੇ ਮੇਲੇ ਤੋਂ ਲਈ ਗਈ ਨਾ ਭਾਈ ਮੇਲੇ ਵਾਲੀ ਨਹੀਂ ਭਾਈ ਦੁਨੀਆ ਵੀ ਮੇਲਾ ਹੀ ਹੈ ਨਾ ਇਹਨੇ ਦੁਨੀਆ ਦੇ ਮੇਲੇ 'ਚ ਲਈ ਹੈ ਭਾਈ ਇਹ ਦੁਨੀਆ ਮੇਲਾ 2 ਦਿਨ ਦਾ ਸਿਕਾਰ ਮੁਹੱਬਤ ਦਾ ਪਾਲ ਕੀ ਲੈ ਜਾਵੇਂਗਾ ਤੂੰ ਚੜੀ ਜਵਾਨੀ ਬੁੱਢੀ ਮੇਲਾ ਰਾਮ ਐਂਡ ਸੰਸ ਸਭ ਤੋਂ ਵੱਡੇ ਜੀਲਰ ਨੇ ਭਾਈ ਇਹਨਾਂ ਦੇ ਲੱਗੇ ਕੀ ਬਾਤ ਹੈ ਅੱਛਾ ਭਾਈ ਸਭ ਤੋਂ ਵੱਧ ਦਿਆਲੂ ਕੌਣ ਹੈ ਜਿਵੇਂ ਕਿ ਮਤਲਬ ਕਈ ਵਾਰ ਹੁੰਦਾ ਨਾ ਕਿ ਯਾਰ ਇਹਨੂੰ ਟਿਪ ਦੇ ਦਿਓ ਉਹਨੂੰ ਵੀ ਅਸਲੀ ਗੱਲ ਦੱਸਾਂ ਅਸਲੀ ਹਾਂਜੀ ਇਹ 'ਚ ਸਾਰੇ ਆਪਦੇ ਮਨ 'ਚ ਸਾਰਿਆਂ ਨੂੰ ਐਂ ਲੱਗਦਾ ਵੀ ਮੈਨੂੰ ਕਹਿ ਦੇਣ ਮੈਨੂੰ ਨਹੀਂ ਚਲੋ ਚੰਗੀ ਚੀਜ਼ ਆਉਂਦੀ ਹੈ ਚਲੋ ਚੰਗੀ ਪਰ ਫਿਰ ਵੀ ਚਲੋ ਕਰਮਜੀਤ ਅਨਮੋਲ ਦਾ ਨਾਮ ਲਾ ਦਿੰਦੇ ਜੀ ਕਿਉਂਕਿ ਸਾਰੇ ਤਿੰਨੇ ਨੇ ਵੰਡ ਕੇ ਜੀ ਜਾ ਕੇ ਵਾਕੇ ਬਾਈ ਲੰਗਰ ਲਾਉਂਦਾ ਜਦੋਂ ਵੀ ਘਰੋਂ ਆਉਂਦੇ ਜਿਹੜੀ ਹਰੇਕ ਵਾਰੀ ਰੋਟੀ ਬਾਈ ਨਾਲ ਲੈ ਕੇ ਆਉਂਦੇ ਚਿੱਬੜਾਂ ਦੀ ਚਟਨੀ ਬਾਈ ਦੀ ਮਸ਼ਹੂਰ ਜਦੋਂ ਵੀ ਸੈੱਟ ਤੇ ਆਉਣਾ ਪਰੌਂਠੇ ਰੋਟੀਆਂ ਸਬਜ਼ੀਆਂ ਘਰੋਂ ਆਉਂਦੀਆਂ ਬਾਈ ਦੇ ਨਾਲ ਕੀ ਬਾਤ ਹੈ ਅੱਛਾ ਬਾਈ ਡਾਇਲੋਗ ਈਟਰ ਕੌਣ ਆ ਇੱਕ ਦੂਜੇ ਡਾਇਲੋਗ ਖਾਣ ਵਾਲਾ ਬੰਦਾ ਕੋਈ ਨਹੀਂ ਦਿੰਦੇ ਇੱਕ ਦੂਜੇ ਨੂੰ ਦੂਜੇ ਨੂੰ ਤੇਰੀ ਲਾਈਨ 'ਚ ਆ ਵੀ ਫਿੱਟ ਹੁੰਦਾ ਪਿਆ ਬੋਲ ਯਾਰ ਸੀਰੀਅਸਲੀ ਅੱਛਾ ਬਾਈ ਸਭ ਤੋਂ ਵੱਧ ਟੰਗ ਕੌਣ ਖਿੱਚਦਾ ਇੱਕ ਦੂਸਰੇ ਦੀ ਕਬੱਡੀ ਵਾਲੇ ਜਿਹਦੀ ਕੜੰਗੀ ਪੈ ਜੇ ਬਸ ਉਹ ਪਾ ਦਿੰਦਾ ਅੱਛਾ ਭਾਜੀ ਟਾਈਮ ਦਾ ਪ੍ਰਬੰਧ ਕੌਣ ਹੈ ਸਭ ਤੋਂ ਵੱਧ ਡਾਇਰੈਕਟਰ ਹੀ ਲੱਗਦਾ ਮੈਨੂੰ ਬੜਾ ਮੈਨੂੰ ਵਧੀਆ ਲੱਗਾ ਕਿ ਤੁਸੀਂ ਆਪਸ ਇੱਕ ਇਹਨਾਂ ਜਾਣਦੇ ਇੱਕ ਦੂਸਰੇ ਨੂੰ ਮੈਂ ਤਾਂ ਪਹਿਲਾਂ ਤਾਂ ਮੈਂ ਪਛਾਣਿਆ ਨਹੀਂ ਇੱਥੇ ਆ ਕੇ ਫਿਰ ਇੱਕੋ ਦਮ ਹੀ ਅੱਛਾ ਭਾਈ ਇੱਕ ਚੀਜ਼ ਮੈਨੂੰ ਦੱਸੋ ਮੇਰੇ ਨਾ ਦਿਲ 'ਚ ਸਵਾਲ ਉੱਠ ਰਿਹਾ ਕਿ ਕਦੀ ਐਂ ਹੁੰਦਾ ਮੇਰੇ ਜਦੋਂ ਆਉਂਦਾ ਦਿਮਾਗ 'ਚ ਆਉਂਦਾ ਮੇਰੇ ਮੇਰੇ ਵੀ ਮੇਰਾ ਭਾਈ ਤੁਹਾਡਾ ਦਿਲ ਜੁੜ ਗਿਆ
ਅੱਛਾ ਭਾਅ ਜੀ, ਜਿੱਦਾਂ ਕਈ ਵਾਰੀ ਨਾ ਕੋਈ ਡਾਇਲੋਗ ਇਹੋ ਜਿਹਾ ਹੁੰਦਾ ਕਿ ਸਾਰਿਆਂ ਦਾ ਜੀਅ ਕਰ ਰਿਹਾ ਹੁੰਦਾ ਯਾਰ ਮੈਂ ਬੋਲਾਂ, ਮੇਰੇ ਕੋਲ ਆ ਜਾਏ ਤਾਂ ਮਜ਼ਾ ਆ ਜਾਏ, ਹੈ ਨਾ, ਫਿਰ ਉਹ ਬੋਲ ਲੈਂਦਾ ਅਗਲਾ ਤੇ, ਬਟ ਤੁਹਾਡੇ ਨਾਲ ਕਦੇ ਇਹ ਹੁੰਦਾ ਕਿ ਯਾਰ ਆਪਸ 'ਚ ਬਹਿਸ ਹੋਵੇ ਯਾਰ ਮੈਨੂੰ ਬੋਲਣਾ ਜਾਂ ਮੈਂ ਬੋਲਦਾ? ਆਪਸ 'ਚ ਨਹੀਂ ਬਹਿਸ ਹੁੰਦੀ, ਡਾਇਰੈਕਟਰ ਜਾ ਕਹਿੰਦੇ ਲਾਈਨ ਮੈਸੇਜ 'ਚ ਭਾਅ ਜੀ ਮੇਰੇ ਮੈਂ ਬੋਲਦੇ, ਕਦੇ ਕਦੇ ਨਹੀਂ ਹੁੰਦਾ, ਜਿਹੜਾ ਆਪਦੀ ਆਪਦੀ ਲਾਈਨ 'ਤੇ ਕੰਸਨਟ੍ਰੇਟ ਕਰਦੇ ਸਕਦੇ ਕੋ ਭਾਅ ਜੀ, ਇੱਕ ਦੂਜੇ ਨੂੰ ਸਪੋਰਟ ਕਰਦੇ ਆ ਕਿ ਇਹ ਲਾਈਨ 'ਚ ਇੱਦਾਂ ਬੋਲ ਲੇਗਾ ਤਾਂ ਹੋਰ ਇਫੈਕਟਿਵ ਹੈ, ਕਈ ਵਾਰੀ ਸਹੀ ਸਲਾਹ ਵੀ ਹੁੰਦੀ ਹੈ ਅਗਲੇ ਨੂੰ ਠੀਕ ਲੱਗ ਜਾਂਦੀ ਵੀ ਹਾਂ ਯਾਰ ਇਹਨੂੰ ਇੱਦਾਂ ਕਵਾਂਗਾ ਜ਼ਿਆਦਾ 'ਚ ਭਾਅ ਜੀ, ਲਾਈਨ ਕੋਈ ਬੋਲੇ ਇਹ ਨਹੀਂ ਚੱਕਰ ਹੁੰਦਾ, ਗਲਤ ਫਾਈਨਲੀ ਤੁਹਾਡੀ ਫਿਲਮ ਦੇ ਵਿੱਚ ਹੀ ਉਮਰ ਆ ਰਿਹਾ, ਬਿਲਕੁਲ ਬਿਲਕੁਲ, ਫਿਲਮ ਜਦੋਂ ਹਿੱਟ ਹੁੰਦੀ ਹੈ ਕੋਈ ਇੱਕ ਬੰਦਾ ਹਿੱਟ ਨਹੀਂ ਹੁੰਦਾ, ਜਿੱਤ ਇਕੱਠੇ ਦੀ, ਫਿਰ ਫਿਲਮ ਹਿੱਟ, ਇਹ ਇਟਸ ਲਾਈਕ ਅ ਕ੍ਰਿਕਟ ਮੈਚ ਭਾਅ ਜੀ, ਜਦੋਂ ਜਿੱਤਦੀ ਹੈ ਟੀਮ ਜਿੱਤਦੀ ਹੈ, ਹਾਰਦੀ ਹੈ ਤਾਂ ਪੂਰੀ ਟੀਮ ਹਾਰਦੀ ਹੈ, ਬਿਲਕੁਲ ਬਹੁਤ ਵਧੀਆ ਗੱਲ ਕੀਤੀ ਤੁਸੀਂ ਭਾਅ ਜੀ, ਟੀਮ ਵਰਕ ਹਮੇਸ਼ਾ, ਇਹ ਨਾ ਸਵਾਲ ਨਹੀਂ ਸੀ ਪੁੱਛਿਆ ਸਭ ਤੋਂ ਸਹੀ ਗੱਲ ਕੌਣ ਕਰਦਾ, ਉਹ ਟੈਗ ਮੈਨੂੰ ਲੱਗਣਾ ਸੀ, ਮੈਨੂੰ ਐ ਸੀ ਵੀ ਮੂਰੇ ਇੰਨਾ ਨਾ ਲਾ ਲੈਣ, ਅੱਜ ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ, ਮਹੀਨੇ ਚੇਂਜ ਹੋ ਜਾਂਦੇ ਆ ਨਾ, ਸਹੀ ਹੈ ਜੀ ਜੀ ਭਾਅ ਜੀ, ਤੁਸੀਂ ਕਿਹਾ ਕਿ ਡਾਇਰੈਕਟਰ ਕੋਲ ਬੰਦਾ ਕੰਨ 'ਚ ਆ ਕੇ ਕਹਿ ਦਿੰਦਾ, ਸੋ ਉਸ ਤੋਂ ਮੈਨੂੰ ਗੱਲ ਯਾਦ ਆਈ, ਕਦੇ ਐਂ ਹੁੰਦਾ ਕਿ ਬਈ ਰਾਈਟਰ ਕੋਲ ਘਰੇ ਮੀਟਿੰਗਾਂ ਹੋਈਆਂ ਹੋਣ ਕਿ ਬਈ ਮੇਰਾ ਕਰੈਕਟਰ ਇਸ ਤਰੀਕੇ ਦਾ ਰੱਖਿਓ ਜਾਂ ਕੁਛ ਇਸ ਤਰੀਕੇ ਦਾ ਟਵਿਸਟ ਪਾ ਲਿਓ, ਜਿੰਨੇ ਤੁਹਾਨੂੰ ਜਿੰਨੇ ਆਰਟਿਸਟ ਲੱਗਦੇ ਕੋਈ ਇੰਨਾ ਇੰਨਾ ਵਿਹਲਾ ਲੱਗਦਾ ਕਿ ਉੱਥੇ ਜਾ ਕੇ ਬੈਠੋ, ਟਾਈਮ ਹੀ ਨਹੀਂ ਭਾਈ, ਦੇਖੋ ਸੱਤ ਸੱਤ ਬੁਲਾਉਣੇ ਪੈਂਦੇ, ਆ ਜਾ ਯਾਰ, ਮੈਂ ਕਹਿੰਦਾ ਰਾਈਟਰ ਦੇ ਘਰ ਜਾਣ ਦਾ ਨਹੀਂ, ਅੱਜ ਕੱਲ੍ਹ ਜਿੰਨੇ ਬਿਜ਼ੀ ਆ ਆਪਣੇ ਘਰ ਜਾਣ ਦਾ ਬੜੀ ਮੁਸ਼ਕਲ ਟਾਈਮ ਲੱਗਦਾ ਭਾਈ, ਇੱਕ ਚੀਜ਼ ਹੋਰ ਵੀ ਹੈ, ਜਦੋਂ ਤੁਸੀਂ ਆਪਸ 'ਚ ਇੰਨਾ ਮਜ਼ਾਕ ਕਰਦੇ ਹੋ ਹਰ ਗੱਲ ਸਿਰਾ ਤੋਂ ਸਿਰਾ ਲਾਉਂਦੇ ਹੋ ਨਾ, ਤੇ ਕਦੀ ਐਂ ਹੁੰਦਾ ਕਿ ਰੀਟੇਕ ਦਾ ਮੌਕਾ ਵੱਜੇ ਬੜੀ ਵਾਰ ਕਾਮੇਡੀ, 100 ਵਾਰੀ ਕੱਲ 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 ਮੇਰੇ 18 ਰੀਟੇਕ ਹੋਏ ਨੇ, ਜਿਹਦੇ 2 ਤਾਂ ਵੈਸੇ ਹੋਏ ਟੈਕਨੀਕਲੀ, 16 ਹੱਸ ਹੱਸ ਕੇ ਹੋਏ, ਇਹ ਹੱਸ ਪੈਂਦੇ ਸੀ ਕਾਲੇ, ਤੇ ਸਭ ਤੋਂ ਰੀਟੇਕ ਭਾਈ ਲੈਂਦਾ ਕੌਣ ਸੀਗਾ? ਨਹੀਂ ਰੀਟੇਕ ਵਾਲਾ ਰਿਕੋ ਸਿਸਟਮ ਹੈਗਾ, ਕੋਈ ਵੀ ਲੈ ਲੈਂਦਾ, ਜਦੋਂ ਹੱਸ ਆ ਗਿਆ ਫਿਰ ਤਾਂ ਇੱਧਰ ਚਲੀ ਜਾਂਦੀ, ਫਿਰ ਤਾਂ ਔਖਾ ਹੀ ਹੈ, ਫਿਰ ਕਈ ਵਾਰੀ ਹੁੰਦਾ ਨਾ ਗਰਾਰੀ ਅੜ ਜਾਂਦੀ, ਫਿਰ ਉਹ ਨਿਕਲ, ਗਰਾਰੀ ਵਾਲਾ ਕੋਈ ਵੀ ਨਹੀਂ, ਗਰਾਰੀ ਵਾਲਾ ਕੋਈ ਨਹੀਂ, ਸਭ ਤੋਂ ਚੈਲੰਜਿੰਗ ਤੁਹਾਡੇ ਲਈ ਕੀ ਸੀ ਬੀਨੂ ਭਾਜੀ? ਜਿਹੜੇ ਜਿਹੜੇ ਜਿੱਦਾਂ ਧਰੰਤਰ ਬਾਈ ਜੀ ਹੁਣੀ ਵੀ ਖੜੇ ਹਨਾ, ਤੇ ਬਰੀਕੀਆਂ ਨਾਲ ਖੇਡਦੇ ਆ ਹਨਾ, ਤੇ ਉਹ ਬਰੀਕੀਆਂ ਨਾਲ ਤੁਸੀਂ ਉਹਨੂੰ ਓਦਾਂ ਦੇ ਨਾਲ ਰਿਐਕਟ ਕਰਨਾ ਉਸ ਚੀਜ਼ ਨੂੰ ਜਿੱਦਾਂ ਦੇ ਇਹ ਕਰਦਾ, ਉਹਦੇ ਨਾਲ ਦੀ ਪਰਫਾਰਮੈਂਸ ਲੈ ਕੇ ਆਉਣੀ, ਉਸ ਲੈਵਲ 'ਤੇ ਲੈ ਕੇ ਆਉਣੀ, ਉਹ ਥੋੜ੍ਹਾ ਜਿਹਾ ਟਫ ਹੁੰਦਾ ਹਮੇਸ਼ਾ ਹੀ, ਜੋ ਤੁਹਾਡੇ ਨਾਲ ਧਰੰਤਰ ਖੜੇ ਹੋਣ ਨਾ, ਦਿੱਗਜ਼ ਕਲਾਕਾਰ ਖੜੇ ਹੋਣ, ਆਰਟਿਸਟ ਉੱਦਾਂ ਦਾ ਖੜਾ ਹੋਵੇ, ਉਹਨੂੰ ਯਾਨੀ ਕੰਪਲੀਮੈਂਟ ਕਰਨਾ ਉਹਦੇ ਥਰੂ, ਰਿਐਕਸ਼ਨ ਦਾ ਰਿਐਕਸ਼ਨ ਜਿਹੜਾ ਉਹ ਬੜਾ ਇੱਕ ਹੋਰ ਡਿਫੀਕਲਟ ਟਾਸਕ ਹੁੰਦਾ, ਕਿਉਂਕਿ ਭਾਅ ਜੀ ਤੁਹਾਡੇ ਲਈ ਸਭ ਤੋਂ ਚੈਲੰਜਿੰਗ ਕੀ ਸੀਗਾ? ਮੇਰੇ ਲਈ ਜਿੱਦਾਂ ਕੈਰੀ ਔਨ ਜੱਟਾ 1 ਦੇ ਵਿੱਚ ਤੁਸੀਂ ਪਹਿਲੇ ਸੀ ਦੇਖਿਆ, ਉਹਦੇ ਵਿੱਚ ਸੀਗਾ ਕਿ ਮੈਂ ਹੀਰੋ ਨੂੰ ਸਪੋਰਟ ਕਰਨਾ, ਉਹਨੂੰ ਫੜ ਕੇ ਲੈ ਕੇ ਜਾਣਾ ਅੱਗੇ ਤੱਕ, ਉਹਨੂੰ ਮਤਲਬ ਹਰ ਸਿਚੁਏਸ਼ਨ 'ਚੋਂ ਕੱਢਣਾ, ਇਹਦੇ ਵਿੱਚ ਇਹ ਦੋਵੇਂ ਜਿੱਦਾਂ ਅਸੀਂ ਪਿਛਲੀ ਫਿਲਮ 'ਚ ਅਸੀਂ ਦੋਵੇਂ ਇਕੱਠੇ ਦੋਸਤ ਸੀਗੇ, ਇੱਕ ਦੂਜੇ ਨੂੰ ਪ੍ਰੋਬਲਮ 'ਚ ਮੈਂ ਅਤੇ ਗਿੱਪੀ ਪਾਉਂਦੇ ਸੀ, ਇਹਦੇ 'ਚ ਇਹ ਪ੍ਰੋਬਲਮ 'ਚ ਇਹ ਦੋਵੇਂ ਲੋਕ ਪੈ ਰਹੇ ਨੇ, ਠੀਕ ਹੈ ਜੀ, ਬਟ ਇਹਦੇ ਵਿੱਚ ਜਿੱਦਾਂ ਪਿਛਲੀ ਫਿਲਮ 'ਚ ਵੀ ਮੈਂ ਗਿੱਪੀ ਨੂੰ ਸਪੋਰਟ ਕਰਕੇ ਹਰ ਵਾਰੀ ਹੀਰੋ ਨੂੰ ਕੱਢ ਕੇ ਲੈ ਕੇ ਜਾਂਦਾ ਸੀ, ਹਾਂਜੀ, ਉੱਦਾਂ ਦਾ ਚੈਲੰਜ ਹੀ ਇਹਦੇ ਵਿੱਚ ਸੀਗਾ, ਸੋ ਮੇਰੇ ਖਿਆਲ ਨਾਲ ਆਈ ਥਿੰਕ ਫੇਅਰਲੀ ਨਾ ਵੀ ਕਹਾਂ ਤਾਂ ਮਤਲਬ ਜਿੰਨੀ ਕੁ ਮੇਰੇ ਤੋਂ ਕੋਸ਼ਿਸ਼ ਹੋਈ ਉਨਾ ਕੁ ਵਧੀਆ ਕਰ ਗਿਆ ਜੀ ਮੈਂ। ਕੀ ਬਾਤ ਹੈ ਜੀ, ਤੇ ਭਾਈ ਤੁਹਾਡੇ ਲਈ? ਬਸ ਇਹੀ ਸੀ ਕਿ ਲੋਕਾਂ ਦੀਆਂ ਉਮੀਦਾਂ ਸਾਥੋਂ ਬਹੁਤ ਵੱਧ ਚੁੱਕੀਆਂ ਨੇ ਹੁਣ, ਵੀ ਜਦੋਂ ਵੀ ਕੋਈ ਸਕਰੀਨ 'ਤੇ ਸਾਡੇ 'ਚੋਂ ਬੰਦਾ ਆਉਂਦਾ ਹੁੰਦਾ ਵੀ ਹਾਸਾ ਆਉਣਾ ਚਾਹੀਦਾ, ਹੈ ਨਾ, ਅਤੇ ਉਸ ਕਰਕੇ ਵੀ ਮਿਹਨਤ ਕਰਨੀ ਪੈਂਦੀ, ਕੋਈ ਕਰੈਕਟਰ ਦੇ ਵਿੱਚ ਡਿਫਰੈਂਟ ਕੁਛ ਕਰ ਲਿਆ, ਹੈ ਨਾ, ਜਾਂ ਕੋਈ ਡਾਇਲੋਗ ਮੌਕੇ 'ਤੇ ਕੋਈ ਫੁਰ ਗਿਆ, ਉਹ ਬਾਕੀ ਭਾਅ ਜੀ ਹੁਣੀ ਹੈਗੇ ਨੇ, ਜੇ ਨਹੀਂ ਵੀ ਆਉਂਦਾ ਤਾਂ ਇਹ ਦੱਸ ਦਿੰਦੇ ਸੀਗੇ ਵੀ ਇੱਥੋਂ ਇਹ ਕਰ ਲੈ, ਕਿਉਂਕਿ ਇਹ ਕਰੈਕਟਰ ਮੈਂ ਸਹੀ ਦੱਸਾਂ ਇਹ ਬਿੰਨੂ ਦਾ ਕਰੈਕਟਰ ਸੀ ਐਕਚੁਅਲੀ, ਮੈਂ ਬਿੰਨੂ ਨੂੰ ਕਾਪੀ ਕੀਤਾ ਉਹਦੇ 'ਚ, ਇਸ ਉਹਦੇ ਵਿੱਚ ਜਿਹੜਾ ਕਰੈਕਟਰ ਕਰ ਰਿਹਾ ਮੈਂ ਬਿੰਨੂ ਸ਼ੁਰੂ ਤੋਂ ਇਹ ਯੂਨੀਵਰਸਿਟੀ ਵੇਲੇ ਤਾਂ ਮੈਂ ਜਾਣਦਾ ਇਹਨਾਂ ਨੂੰ, ਇਕੱਠੇ ਹਾਂ ਅਸੀਂ, ਅਤੇ ਉਦੋਂ ਇਹ ਜੋ ਮਤਲਬ ਜਿਸ ਦਿਨ ਇਹਨੇ ਕੀਤਾ ਉਦੋਂ ਤੁਸੀਂ ਇਹ ਕਰੈਕਟਰ ਨੂੰ ਭੁੱਲ ਜਾਓਗੇ, ਨਹੀਂ ਸ਼ੂਟਿੰਗ ਦੇ ਵਿੱਚ ਹੀ ਛਾਪ ਲਾ ਕੇ ਛੱਡ ਗਿਆ, ਛੱਡਣੀ ਹੈ ਸੈੱਟ 'ਤੇ ਛੱਡ ਜਾਓ। ਵੈਸੇ ਭਾਅ ਜੀ ਤੁਸੀਂ ਇੱਕ ਦੂਸਰੇ ਨੂੰ ਇੰਨਾ ਕ੍ਰੈਡਿਟ ਦਿੰਦੇ ਹੋ ਨਾ, ਦੇਖ ਕੇ ਬੜਾ ਮਜ਼ਾ ਆਉਂਦਾ, ਪਰ ਕ੍ਰੈਡਿਟ ਕਾਰਡ ਦੇ ਦੀ, ਪਰ ਮੇਰਾ ਮਨ ਕਰਦਾ ਜਿਸ ਹਿਸਾਬ ਨਾਲ ਆਪਣੀ ਗੱਲ ਵੱਧਦੀ ਜਾ ਰਹੀ ਹੈ, ਗਰਮੀ ਵੀ ਵੱਧਦੀ ਜਾ ਰਹੀ ਹੈ, ਆਪਾਂ ਜੇ ਇਸ ਵੇਲੇ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਸੋ ਦੋਸਤੋ ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਪਸੀਨਾ ਪੂੰਝ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜੀ, ਅਮਨ ਸਿੰਘ ਦੀਪ ਵੱਲੋਂ ਨੰਬਰ 1 ਚੈਟ ਸ਼ੋਅ ਦੇ ਵਿੱਚ ਅਤੇ ਨੰਬਰ 1 ਕਾਮੇਡੀਅਨਸ ਦੇ ਨਾਲ, ਭਾਅ ਜੀ ਵੈਲਕਮ ਬੈਕ ਜੀ। ਥੈਂਕ ਯੂ ਜੀ। ਥੈਂਕ ਯੂ ਵੀਰੇ। ਫਿਲਮ ਦੇ ਬਾਰੇ ਗੱਲ ਕਰੀਏ ਅਗਰ ਤਾਂ, ਕੋਈ ਬੈਸਟ ਮੈਮਰੀ ਇਹੋ ਜਿਹੀ ਹਾਲੇ ਤੱਕ ਦੀ ਜਿਹੜੀ ਤੁਹਾਡੇ ਦਿਲਾਂ 'ਚ ਘਰ ਕਰ ਗਈ ਹੋਵੇ? ਪਹਿਲਾਂ ਤਾਂ ਆਪਦਾ ਘਰ ਬਹੁਤ ਔਖਾ ਬਣਿਆ ਜੀ, ਫਿਰ ਸਾਡੀ ਕੈਰੀਓਨ ਜੱਟਾਂ ਨੇ ਦਿਲਾਂ 'ਚ ਘਰ ਕੀਤਾ ਜੀ, ਅਤੇ ਸਾਡੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਸਾਡੀ ਜਿਹੜਾ ਅਸੀਂ ਐਕਟਿੰਗ ਕਰਦੇ ਹਾਂ ਉਹਦੇ ਘਰ ਬਣਾਏ ਜੀ, ਸਾਨੂੰ ਸ਼ਾਬਾਸ਼ ਦਿੱਤੀਆਂ, ਸਾਨੂੰ ਬਲੈਸਿੰਗਸ ਦਿੱਤੀਆਂ, ਉਹਨਾਂ ਦੇ ਕਰਕੇ ਅਸੀਂ ਇਸ ਮੁਕਾਮ 'ਤੇ ਪਹੁੰਚੇ ਜੀ। ਸਭ ਤੋਂ ਵੱਡੀ ਗੱਲ ਕੈਰੀਓਨ ਜੱਟਾਂ ਆਪਦੇ ਆਪ ਵਿੱਚ ਇੱਕ ਵੱਡੀ ਗੱਲ ਸੀ ਬਣਾਉਣ ਨੂੰ, ਵੀ ਕੈਰੀਓਨ ਜੱਟਾਂ ਸੈਕਿੰਡ ਪਾਰਟ ਬਣਾਉਣਾ ਬਣਨੀ ਬਹੁਤ ਔਖੀ ਗੱਲ ਸੀ, ਤੋ ਇਹ ਇੱਕ
ਜਦ ਤੱਕ ਸੈੱਟ ਤੇ ਨਹੀਂ ਚਲੇ ਗਏ ਸਾਨੂੰ ਧੁੜਕੂ ਜਿਹਾ ਰਿਹਾ ਵੀ ਕਿਉਂਕਿ ਬਹੁਤ ਵੱਡਾ ਇਹ ਪ੍ਰੋਜੈਕਟ ਹੈ ਵੀ ਸਿਰੇ ਚੜ੍ਹਨ ਲਈ ਇਹਨੂੰ ਬਹੁਤ ਵੱਡੀ ਟੀਮ ਚਾਹੀਦੀ ਸੀ ਬਟ ਫਾਈਨਲੀ ਜਦੋਂ ਵਾਈਟ ਹਿੱਲ ਸਾਡੇ ਨਾਲ ਆਇਆ ਅਤੇ ਸਮੀਪ ਕੰਗ ਫਿਰ ਗਿੱਪੀ ਹੁਣੀ ਸਾਰੇ ਅਸੀਂ ਸਾਰੇ ਰਲ ਕੇ ਬੈਠੇ ਜਦੋਂ ਉਦੋਂ ਯਕੀਨ ਆਇਆ ਕਿ ਵਾਕਈ ਹੁਣ ਕੈਰੀਅਨ ਜੱਟਾ 2 ਜਿਹੜੀ ਆ ਉਹ ਬਣ ਰਹੀ ਆ ਔਰ ਲੋਕਾਂ ਤੱਕ ਪਹੁੰਚ ਰਹੀ ਹੈ। ਇੱਕ ਹੋਰ ਸਵਾਲ ਹੈ ਮੇਰਾ ਪਰਸਨਲ ਕਿ ਸਭ ਤੋਂ ਵੱਧ ਭਾਜੀ ਪੇਮੈਂਟ ਕਿੰਨੇ ਲਈ ਸੀਗੀ ਗਿੱਪੀ ਗਰੇਵਾਲ ਨੇ ਜੀ? ਨਹੀਂ ਭਾਈ ਤੁਹਾਡੇ ਤਿੰਨਾਂ ਦੇ ਵਿੱਚੋਂ ਅਗਰ ਗੱਲ ਕਰੀ ਨਹੀਂ ਤਿੰਨੇ ਦੱਸਦੇ ਨਹੀਂ ਇੱਕ ਦੂਜੇ ਨੇ। ਅੱਛਾ ਉਹ ਸੀਕ੍ਰੇਟ ਸੀਕ੍ਰੇਟ ਰਹਿਣ ਦਿੱਤਾ ਜਾਵੇ ਹੈ ਨਾ, ਚੰਗੀ ਗੱਲ ਹੁੰਦੀ ਹੈ। ਪਤਾ ਕਿ ਜਿਹੜੀਆਂ ਇੱਦਾਂ ਦੀਆਂ ਫਿਲਮਾਂ ਨੇ ਜਿੱਦਾਂ ਵੱਡਾ ਪ੍ਰੋਜੈਕਟ ਹੈ ਜੀ, ਇਹਦੇ ਵਿੱਚ ਅਸੀਂ ਪੈਸੇ ਨਹੀਂ ਲੈ ਵਾਲੇ ਨਹੀਂ ਲੈਂਦੇ ਜੀ, ਬਹੁਤ ਥੋੜ੍ਹਾ, ਕਿਉਂਕਿ ਜੋ ਲੋਕਾਂ ਨੂੰ ਵਾਕਈ ਹੈਰਾਨੀ ਹੋਏਗੀ ਭਾਅ ਜੀ, ਬਹੁਤ ਸਾਰੇ ਪ੍ਰੋਜੈਕਟਸ ਐਸੇ ਹੁੰਦੇ ਨੇ ਜਿਹੜੇ ਅਸੀਂ ਪੈਸੇ ਵਾਸਤੇ ਨਹੀਂ ਕਰਦੇ, ਕਿਉਂਕਿ ਆਪਦੇ ਆਪ ਵਿੱਚ ਹੀ ਕੈਰੀ ਓਨ ਜਿੱਟਾ ਇੱਕ ਬ੍ਰਾਂਡ ਹੈ ਹੈ ਨਾ ਜੀ, ਤਾਂ ਇਹ ਫਿਲਮ ਨਹੀਂ ਤਾਂ ਬਣਨੀ ਹੋਣੀ ਸੀ ਜੇ ਅਸੀਂ ਓਡੇ ਓਡੇ ਪੈਸੇ ਮੰਗਦੇ। ਉਦੋਂ ਇੰਨੀ ਇਮਾਨਦਾਰੀ ਦਿਲ 'ਚ ਹੁੰਦੀ ਹੈ ਸਾਡੇ ਕਿ ਯਾਰ ਕੋਈ ਨਹੀਂ ਪੈਸੇ ਘੱਟ ਨੇ ਪਰ ਇੱਕ ਚੰਗਾ ਪ੍ਰੋਡਕਟ ਜਿਹੜਾ ਲੋਕਾਂ ਤੱਕ ਪਹੁੰਚ ਰਿਹਾ, ਸਾਡੇ ਹਮੇਸ਼ਾ ਆਡੀਅੰਸ ਧਿਆਨ 'ਚ ਹੁੰਦੀ ਹੈ ਕਿ ਯਾਰ ਇੱਕ ਚੰਗੀ ਫਿਲਮ ਨਾਲ ਜੁੜਨ ਦਾ ਮੌਕਾ ਮਿਲ ਰਿਹਾ, ਇੱਕ ਚੰਗੀ ਫਿਲਮ ਆਡੀਅੰਸ ਤੱਕ ਪਹੁੰਚ ਰਹੀ ਹੈ, ਪੈਸੇ ਕਿਸੇ ਹੋਰ ਫਿਲਮ 'ਚੋਂ ਕਮਾਏ ਜਾਣਗੇ। ਪੈਸੇ ਰੱਬ ਨੇ ਕੋਈ ਰੋਟੀ ਦੀ ਇੱਦਾਂ ਥੋੜ੍ਹੀ ਕਿਤੇ ਰਹਿ ਗਏ ਕਿਸੇ ਪਾਸੇ, ਹੁਣ ਰੋਟੀ ਦੇ ਰਿਹਾ ਰੱਬ, ਰੋਟੀ ਚਾਹੀਦੀ ਹੁੰਦੀ ਸਾਰਿਆਂ ਨੂੰ। ਬਿਲਕੁਲ ਸਹੀ। ਤੇ ਅਸੀਂ ਕੁਝ ਪ੍ਰੋਜੈਕਟ ਜਿਹੜੇ ਸਿਰਫ ਲੋਕਾਂ ਨੂੰ ਧਿਆਨ 'ਚ ਰੱਖ ਕੇ ਕਰੀਦੇ। ਸਹੀ ਹੈ ਜੀ। ਅੱਛਾ ਭਾਈ, ਜਦੋਂ ਫਿਲਮ ਕਰਦੇ ਕੋਈ ਕੋਈ ਡਾਇਲੋਗਸ ਇਹੋ ਜਿਹੇ ਹੁੰਦੇ ਜਿਹੜੇ ਦਿਲ 'ਚ ਨਾ ਵੱਸ ਜਾਂਦੇ ਆ ਕਿ ਯਾਰ ਮੈਨੂੰ ਇੱਥੇ ਲੋਕਾਂ ਨੂੰ ਬਹੁਤ ਹਿਊਮਰ ਆਏਗਾ, ਤੁਹਾਡੇ ਆਪਣੇ ਫਿਰ ਡਾਇਲੋਗਸ ਕਿਹੜੇ ਕਿਹੜੇ ਨੇ ਕੁਝ? ਉਹ ਤਾਂ ਫਿਲਮ ਦੇਖ ਕੇ ਹੁਣ ਫਿਰ ਇੱਥੇ ਦੱਸਦੇ ਲੋਕ, ਉਹ ਤਾਂ ਪ੍ਰੋਮੋਸ ਵਿੱਚ ਹੀ ਚੱਲੇ ਜਾਂਦੇ ਨੇ ਜਿਹੜੇ ਤੁਹਾਡੇ ਆਪਣੇ ਪਸੰਦੀਦਾ ਨੇ ਭਾਜੀ, ਉਹ ਤਾਂ ਐਡੀਟਰ ਦੇ ਹੋ ਗਏ ਨਾ ਕਿ ਉਹਨੇ ਕੱਟ ਕੇ ਲਾਤੇ ਭਾਜੀ। ਅਸੀਂ ਤਾਂ ਇੰਨੇ ਉਹਦੇ 'ਚ ਸ਼ਿੱਦਤ ਨਾਲ ਕੰਮ ਕੀਤਾ, ਸਾਨੂੰ ਹਰ ਡਾਇਲੋਗ ਲੱਗਦਾ ਵੀ ਇੱਥੇ ਹਾਸਾ ਆਉਣਾ ਚਾਹੀਦਾ। ਬਿਲਕੁਲ ਬਿਲਕੁਲ, ਅਸੀਂ ਜਿਹੜੇ ਹਾਸੇ ਦੇ ਸਕੋਪ ਘੱਟ ਹੁੰਦਾ ਪਹਿਲਾਂ ਕੱਟ ਕੇ ਲਾਉਣਾ ਚਾਹੀਦਾ, ਸਾਰੀ ਫਿਲਮ 'ਤੇ ਹੱਸੋਗੇ ਤੁਸੀਂ। ਅੱਛਾ ਭਾਜੀ, ਚਲੋ ਇਹ ਤਾਂ ਡਾਇਲੋਗ ਦੀ ਗੱਲ ਰਹੀ, ਉਹ ਫਿਲਮ ਨਹੀਂ ਹੈਗੀ ਵੀ ਜੇ ਫਿਲਮ ਦੇਖੀਏ ਦੇਖ ਕੇ ਹਾਸਾ ਆਉਂਦਾ, ਉਦਾਂ ਦੀ ਨਹੀਂ, ਸੱਚੀ ਮੁੱਚੀ ਹਾਸਾ ਆਊਗਾ। ਨਹੀਂ ਭਾਜੀ ਬਿਲਕੁਲ, 1 ਨੇ ਵੀ ਬਹੁਤ ਕਮਾਲ ਕੀਤਾ ਸੀਗਾ, ਇੰਨੀ ਕਾਮੇਡੀ ਕ੍ਰੀਏਟ ਹੋਈ ਸੀਗੀ, 2 ਦਾ ਟ੍ਰੇਲਰ ਦੇਖ ਕੇ ਵੀ ਲੱਗ ਰਿਹਾ ਕਿ ਉਨੀ ਕਾਮੇਡੀ ਕ੍ਰੀਏਟ ਹੋ ਰਹੀ ਹੈ, ਸੋ ਉਮੀਦ ਤਾਂ ਪੂਰੀ ਹੈ ਕਿ ਲੋਕ ਐਤਕੀ ਰੱਸੀਆਂ ਲੈ ਕੇ ਆਉਣਗੇ ਕਿ। ਸਾਨੂੰ ਵੀ ਪੂਰੀ ਉਮੀਦ ਹੈ ਜੀ ਸਾਰਿਆਂ ਨੂੰ, ਬਹੁਤ ਵਧੀਆ ਮੂਵੀ ਬਣੀ ਹੈ, ਅਸੀਂ ਸਾਰਿਆਂ ਨੇ ਟ੍ਰੇਲਰ ਦੇਖੇ ਆ ਅਤੇ ਜਿਵੇਂ ਡਬਿੰਗ ਵੇਲੇ ਅਸੀਂ ਮੂਵੀ ਦੇਖ ਲੈਂਦੇ ਹਾਂ ਸਾਰਿਆਂ ਨੂੰ, ਪੂਰਾ ਹੌਸਲੇ 'ਚ ਅਸੀਂ ਵੀ ਬਹੁਤ ਵਧੀਆ ਮੂਵੀ ਬਣੀ। ਮਤਲਬ ਜਿਹੜੀ ਪਹਿਲੀ ਫਲਾਈਟ ਸੀ ਸਾਡੀ ਉਹ ਡ੍ਰੀਮ ਲਾਈਨਰ ਦੀ ਸੀ ਨਾ ਜੀ, ਅਤੇ ਇਹ ਫਿਰ ਕੌਂਕਰ ਦੀ ਫਲਾਈਟ ਹੈ। ਬਿਲਕੁਲ ਜੀ। ਇੱਕ ਆਰਟਿਸਟ ਕੋਈ ਕੰਮ ਕਰ ਰਿਹਾ ਹੁੰਦਾ, ਖਾਸ ਕਰਕੇ ਨਾਲ ਇੰਨੇ ਵੱਡੇ ਆਰਟਿਸਟ ਹੁੰਦੇ ਨੇ, ਤਾਂ ਕਦੀ ਦਬਾਅ ਬਣਦਾ ਇੱਕ ਦੂਸਰੇ ਦੇ ਉੱਪਰ, ਤਾਂ ਕਦੀ ਇੱਦਾਂ ਫੀਲ ਕੀਤਾ ਇੱਕ ਦੂਸਰੇ ਤੁਸੀਂ? ਬਿਲਕੁਲ ਜੀ, ਜਿੱਦਾਂ ਭੱਲਾ ਸਾਹਿਬ ਹੁੰਦੇ ਨੇ ਅਤੇ ਬੀ ਐਨ ਸ਼ਰਮਾ ਸਾਹਿਬ ਹੁੰਦੇ ਨੇ, ਤਾਂ ਅਸੀਂ ਤਿੰਨੇ ਜਾਣੇ ਬਹੁਤ ਦਬਾਅ ਫੀਲ ਕਰਦੇ ਹਾਂ, ਕਿਉਂਕਿ ਥੋੜ੍ਹੇ ਜਿਹੇ ਸਾਡੇ ਸੀਨੀਅਰ ਵੀ ਨੇ ਅਤੇ ਹੈ ਨਾ ਦਿੱਗੇ ਚ ਕਲਾਕਾਰ ਨੇ ਜੀ, ਤਾਂ ਉਹ ਜੇ ਉਹ ਕਈ ਵਾਰੀ ਕਹਿੰਦੇ ਨੇ ਇਹ ਡਾਇਲੋਗ ਬੇਟੇ ਮੈਂ ਬੋਲਣਾ, ਫਿਰ ਸਾਨੂੰ ਕਹਿੰਦਾ ਵੀ ਤੁਸੀਂ ਬੋਲੋ ਜਿੱਦਾਂ ਤੁਸੀਂ ਕਹਿੰਦੇ, ਕਿਉਂਕਿ ਉਹਨਾਂ ਤੋਂ ਸਿੱਖਦੇ ਰਹੇ ਹਾਂ ਸਾਰੇ ਜਾਣੇ ਕਿਉਂਕਿ ਭਾਜੀ ਸਾਰੇ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਉਹਨਾਂ ਦੀ। ਦਬਾਅ ਇੱਕ ਹੋਰ ਚੀਜ਼ ਹੁੰਦੀ ਹੈ, ਇੱਕ ਆਊਟ ਆਫ ਰਿਸਪੈਕਟ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਵੀ ਚੰਗਾ ਲੱਗਦਾ ਕਿ ਅਸੀਂ ਆਦਰ ਸਹਿਤ ਇਹ ਚੀਜ਼ ਮੰਨੀ ਹੈ। ਬਿਲਕੁਲ, ਇੱਕ ਬੀਂਗ ਕਲਾਕਾਰ ਤੁਹਾਨੂੰ ਉਹ ਚੀਜ਼ ਖੁਦ ਨੂੰ ਚੰਗੀ ਲੱਗਦੀ ਹੈ। ਸਹੀ ਹੈ ਜੀ। ਅੱਛਾ ਭਾਜੀ, ਮਿਊਜ਼ਿਕ ਦੀ ਗੱਲ ਕਰੀਏ ਤਾਂ ਕਾਫੀ ਪਸੰਦ ਆ ਰਿਹਾ ਲੋਕਾਂ ਦਾ ਮਿਊਜ਼ਿਕ ਤੁਹਾਡੇ ਦਾ, ਸਾਨੂੰ ਵੀ ਬੜਾ ਪਸੰਦ ਆਇਆ ਜੀ। ਉਹੀ ਮੈਂ ਗੱਲ ਕਰ ਰਿਹਾ ਕਿ ਤੁਹਾਡਾ ਫੇਵਰਟ ਟਰੈਕ ਕਿਹੜਾ ਭਾਜੀ? ਭਾਜੀ ਸਾਰੀ ਸਾਡੇ ਤਾਂ ਜਿਹੜੇ 'ਚ ਮੈਂ ਨੱਚਿਆ ਜੀ, ਸਾਰੇ ਗਾਣੇ ਬਹੁਤ ਵਧੀਆ ਲੱਗਦੇ ਮੈਨੂੰ ਤਾਂ, ਸਾਰੇ ਗਾਣੇ। ਗਿੱਪੀ ਗਵਾਈ ਦਾ ਜਿਹੜਾ ਗਾਣਾ ਉਹ ਵੀ ਬਹੁਤ ਵਧੀਆ, ਕਰਮਜੀਤ ਭਾਈ ਤੁਸੀਂ ਗਾਉਂਦੇ ਵੀ ਹੋ ਹੈ ਨਾ, ਮੈਂ ਕਹਿੰਦਾ ਤੁਹਾਡੇ ਮੂੰਹ ਗਾ ਕੇ ਹੋ ਜਾਏ ਇੱਕ ਟਰੈਕ। ਮੈਂ ਸਹੀ ਦੱਸਾਂ, ਮੈਂ ਬਜ ਰਿਹਾ ਸੀ, ਮੈਂ ਬਿਜ਼ੀ ਚਲੋ ਗੱਲ ਚੱਲਦੀ, 3 ਵਾਰੀ ਇਸ਼ਾਰਾ ਕਰ ਇੰਟਰਵਿਊ ਚੱਲ ਰਹੀ ਹੈ ਤੇ ਕੈਰੀ ਓਨ ਜੱਟਾ ਨਾਲ ਤੁਸੀਂ ਦੇਖਦੇ ਹੋ ਸਾਡਾ ਦਿਲ ਦਾ ਨਾਤਾ ਹੈਗਾ ਪੂਰਾ, ਪਹਿਲੀ ਫਿਲਮ ਨੂੰ ਤੁਸੀਂ ਬੜਾ ਸਰਾਹਿਆ, ਦੂਜੀ ਨਾਲ ਅਸੀਂ ਅਟੈਚਡ ਇੰਨੇ ਆ, ਤੁਸੀਂ ਸਾਰੇ ਜਾਣੇ ਇਹ ਇੰਟਰਵਿਊ ਦੇਖ ਰਹੇ ਹੋ, ਤੇ ਕੈਰੀ ਓਨ ਜੱਟਾ ਦੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਗਈ ਇੱਕ ਵਿੱਚ ਹੀ ਬੈਠੇ ਸਾਡੇ ਕਲਾਕਾਰ ਨੂੰ, ਸਾਡੇ ਛੋਟੇ ਭਰਾ ਨੂੰ ਗਾਣਾ ਨਹੀਂ ਆਉਂਦਾ ਵੀ ਕੈਰੀ ਓਨ ਜੱਟਾ ਦਾ ਕਿਹੜਾ ਗਾਣਾ। ਚਲੋ ਐਨੀਵੇਜ਼, ਸਾਡਾ ਭਰਾ ਸਾਡੇ ਭਰਾ ਦਾ ਐਡਾ ਕਰਦਾ ਜੀ, ਜਿੰਨਾ ਵਧੀਆ ਉਹ ਐਕਟਰ, ਤੁਸੀਂ ਐਕਟਰ ਦੇ ਨਾਂ 'ਤੇ ਬੜਾ ਪਸੰਦੀਦਾ ਤੁਹਾਡਾ ਸਾਰਿਆਂ ਦਾ, ਤੁਸੀਂ ਬੜਾ ਚਾਹੁੰਦੇ ਹੋ, ਅਤੇ ਪਰ ਬਾ ਕਮਾਲ ਸਿੰਗਰ ਸਾਡਾ ਭਰਾ ਹੈ, ਤੁਸੀਂ ਸਾਰਿਆਂ ਨੇ ਬੜਾ ਥਾਪਣਾ ਦਿੱਤੇ ਪਹਿਲਾਂ, ਬੜੇ ਪਸੰਦ ਕੀਤੇ ਬਾਈ ਦੇ ਟਰੈਕ, ਅਤੇ ਵੀਰੇ ਫਿਰ ਗਾਣਾ ਸੁਣਾ ਦਿਉ। ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕੜਾਉਣੀਆਂ, ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕੜਾਉਣੀਆਂ, ਕੈਂਠਾ ਪਹਿਨਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ, ਕੈਂਠਾ ਪਹਿਨਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ, ਕਿਉਂ ਉੱਡ ਜਾਣੇ ਵੇ ਮੋਰਾ ਮੋਰਾ, ਕਿਉਂ ਉੱਡ ਜਾਣੇ ਵੇ ਮੋਰਾ,
ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜ਼ਾਂ ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜ਼ਾਂ ਨੇ ਮੈਂ ਬੋਲੀ ਵੇ ਮੋਰਾ ਮੋਰਾ ਤੈ ਮੈਂ ਮੋਲੀ ਵੇ ਮੋਰਾ ਕਿਉਂ ਡਿਜਾਨੇ ਵੇ ਮੋਰਾ ਕਿਆ ਬਾਤ ਹੈ ਜੀਓ ਜੀਓ ਬਾਬਾ ਜੀ ਸਾਡੇ ਪ੍ਰੋਡਿਊਸਰਸ ਦਾ ਕੀਤੀ ਦਾ ਹੁਣ ਕੋਈ ਗੁੱਸਾ ਨਹੀਂ ਕਿਉਂਕਿ ਭਾਰੇ ਗਾਣੇ ਇਹਨਾਂ ਸੁਣ ਗਏ ਕਿਆ ਬਾਤ ਬਾਈ ਵਾਕੇ ਮਾਹੌਲ ਬਣਾਤਾ ਭਾਜੀ ਤੁਸੀਂ ਨਾ ਕਿਉਂਕਿ ਹਸਾਉਂਦੇ ਵੀ ਹੋ ਗਾਉਂਦੇ ਵੀ ਹੋ ਕਮਾਲ ਭਾਈ ਸਾਡਾ ਮਾਹੌਲ ਨਹੀਂ ਬਣਾਉਂਦੇ ਮਾਹੌਲ ਵੀ ਬਣਾਉਂਦੇ ਅੱਛਾ ਭਾਜੀ ਇੱਕ ਨਾ ਪੌੜੀ ਨੇ ਕਮਾਲ ਕੀਤਾ ਸੀ ਕੈਰੀ ਔਨ ਜੱਟਾ 1 ਦੇ ਵਿੱਚ ਵੀ ਔਰ ਪੌੜੀ ਸੈਕਿੰਡ 'ਚ ਵੀ ਦੇਖ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਪਰ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਬਿਲਕੁਲ ਜੀ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ ਵੈਲਕਮ ਬੈਕ ਜੀ ਸਭ ਦਾ ਪੀ ਟੀ ਸੀ ਸ਼ੋਅ ਕੇਸ ਦੇ ਵਿੱਚ ਭਾਜੀ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਪੌੜੀ ਦੀ ਕਿ ਪਿਛਲੀ ਦੇ ਵਿੱਚ ਵੀ ਬੜਾ ਪੰਗਾ ਪਾਇਆ ਸੀ ਪੌੜੀ ਨੇ ਹੈ ਨਾ ਆ ਜਾਂਦੀ ਸੀ ਮੋੜ ਤੋੜ ਕੇ ਐਤਕੀ ਫਿਰ ਦਿਖ ਰਹੀ ਆ ਸੋ ਪੌੜੀ ਦਾ ਕੀ ਰਾਜ਼ ਆ ਭਾਜੀ ਇਸ ਵਿੱਚ ਪੌੜੀ ਦਾ ਦੇ ਵਿੱਚ ਛੋਟਾ ਜਿਹਾ ਰੋਲ ਹੈ ਬਾਕੀ ਤਾਂ ਲਿਫਟ ਲਵਾ ਲਈ ਅਸੀਂ ਐਤਕੀ ਪੌੜੀ ਵਾਲਾ ਕੰਮ ਹੀ ਖਤਮ ਕਰਤਾ ਅਸੀਂ ਐਤਕੀ ਸਾਰੀ ਲਿਫਟ ਲਵਾ ਲਈ ਕਿਉਂਕਿ ਉਹ ਜਦੋਂ ਮੈਂ ਦੇਖਿਆ ਨਾ ਉਹ ਕਹਿੰਦੇ ਕਿ ਉੱਥੋਂ ਫਿਰ ਚੜਾ ਰਹੇ ਫਿਰ ਲਾ ਰਹੇ ਸਾਈਡ ਤੋਂ ਮੈਨੂੰ ਲੱਗਦਾ ਫਿਰ ਕੁਛ ਨਾ ਕੁਛ ਪੌੜੀ ਲਾ ਕੇ ਮੰਜਾ ਡਾਲਿਆ ਸੀ ਕੋਈ ਕਨਸਪੀਰੇਸੀ ਹੈ ਉਹਦੇ ਵਿੱਚ ਵੀ ਲੱਗਦਾ ਕੋਈ ਸਰ ਇਹ ਦੇਖਣ ਤੇ ਪਤਾ ਲੱਗਣਾ ਚਾਹੀਦਾ ਹੁਣੇ ਜੋ ਦੱਸ ਹੁਣੇ ਪੱਤੇ ਖੁੱਲ ਗਏ ਭਾਜੀ ਫਿਰ ਲੋਕਾਂ ਕਹਿੰਦਾ ਅੱਧੀ ਤਾਂ ਦੇਖ ਲਈ ਫਿਲਮ ਹਨਾ ਜੀ ਚਲੋ ਵੀ ਭਾਈ ਮੰਨ ਲੈਂਦੇ ਤੁਹਾਡੀ ਗੱਲ ਪੌੜੀ ਅਸੀਂ ਜਾ ਕੇ ਦੇਖਾਂਗੇ ਥੀਏਟਰ ਦੇ ਵਿੱਚ ਜੀ ਸਮੀਪ ਕੰਗ ਕਾਫੀ ਨਾਮ ਆ ਰਿਹਾ ਹਨਾ ਕਾਫੀ ਮੋਟੇ ਹੋ ਗਏ ਨੇ ਉਹਨਾਂ ਨਾਲ ਕੰਮ ਕਰਨ ਦਾ ਤੁਹਾਡਾ ਪਹਿਲਾ ਤਜਰਬਾ ਰਿਹਾ ਹੁਣ ਤੁਸੀਂ 5 ਸਾਲ ਬਾਅਦ ਫਿਰ ਵੀ ਕੰਮ ਕੀਤਾ ਤਾਂ ਕੁਛ ਖਾਸ ਚੇਂਜ ਉਹਨਾਂ ਦੇ ਵਿੱਚ ਕੰਮ ਦੇ ਵਿੱਚ ਆਇਆ ਕਿ ਬੜੀ 80 ਕਿਲੋ ਚੇਂਜ ਆਈ 80 ਕਿਲੋ ਚੇਂਜ ਆ ਗਈ ਅਤੇ ਹੁਣ ਅਸੀਂ ਥੋੜ੍ਹਾ ਡਰ ਕੇ ਕੰਮ ਕਰਦੇ ਹਾਂ ਜੀ ਕਿਉਂਕਿ ਜਿਹੜਾ ਕਹਿੰਦੇ ਨੇ ਕਰਨਾ ਪੈਂਦਾ ਭਾਅ ਜੀ ਐਡਾ ਹੱਥ ਹੈ ਇੰਨੇ ਮੋਟੇ ਆਪ ਨੇ ਹੈ ਨਾ ਫਿਰ ਤਾਂ ਕਰਕੇ ਜਿਹੜਾ ਕੁਛ ਕਹਿੰਦੇ ਨੇ ਭਾਅ ਜੀ ਉੱਦਾਂ ਭਾਅ ਜੀ ਤੁਸੀਂ ਆਪ ਸਾਰੇ ਫਿੱਟ ਹੁੰਦੇ ਜਾ ਰਹੇ ਹੋ ਤਾਂ ਉਹਨਾਂ ਨੂੰ ਕੁਛ ਸਲਾਹ ਨਹੀਂ ਦਿੱਤੀ ਅੱਛਾ ਭਾਅ ਜੀ ਸਾਡਾ ਭਰਾ ਸੋਹਣਾ ਇੰਨਾ ਜੇ ਅਸੀਂ ਫਿੱਟ ਕਰਾ ਲਿਆ ਉਹਨੇ ਸਾਡੇ ਵਾਲੇ ਥਾਵੇਂ ਆਉਣ ਲੱਗ ਜਾਣਾ ਹੈ ਨਾ ਪਹਿਲਾਂ ਮਾਹੌਲ ਠੀਕ ਆ ਦੇ ਵਿੱਚ ਭਰਾ ਸਾਡੇ ਕਿ ਜਿੱਥੇ ਉਹ ਫਿੱਟ ਹੋ ਗਏ ਨਾ ਜਾ ਕੇ ਉੱਥੇ ਕੋਈ ਫਿੱਟ ਹੀ ਨਹੀਂ ਉੱਥੇ ਫਿੱਟ ਨਹੀਂ ਹੁੰਦਾ ਉਹਨਾਂ ਨੇ ਕਾਮੇਡੀ ਦਾ ਡਾਇਰੈਕਟਰ ਨਾ ਤਾਂ 80 ਕਿਲੋਮੀਟਰ ਪਹਿਲਾਂ ਉਹਨਾਂ ਤੋਂ ਕੋਈ ਨਾ 80 ਕਿਲੋਮੀਟਰ ਮਗਰ ਆ ਜਾਵੇ ਤੋ ਹੀ ਇਜ਼ ਵੈਰੀ ਮੱਚ ਫਿੱਟ ਇਨ ਵੈਸੇ ਮੈਂ ਦੇਖਿਆ ਕਦੀ ਕਦੇ ਟਰਾਈ ਕਰਦੇ ਨੇ ਇਸ ਫਿਲਮ ਦੇ ਵਿੱਚ ਵੀ ਆ ਰਹੇ ਨੇ ਕਿ ਐਜ਼ ਅ ਗੈਸਟ ਅਪੀਅਰੈਂਸ ਥੋੜ੍ਹਾ ਜਿਹਾ ਤਾਂ ਕਰਾਵਾਂਗੇ ਜੀ ਸਹੀ ਹੈ ਉਹ ਵੀ ਦੱਸਣਾ ਨਹੀਂ ਹਲੇ ਹੈ ਨਾ ਦੇਖ ਮਤਲਬ ਸੋ ਮੇਨ ਮੰਗ ਇਹੀ ਹੈ ਕਿ ਵੀ ਥੀਏਟਰ 'ਚ ਜਾ ਕੇ ਦੇਖਣੀ ਪੈਣੀ ਬਿਲਕੁਲ ਸਰ ਬਿਲਕੁਲ ਅੱਛਾ ਭਾਅ ਜੀ ਸਭ ਵੈਸੇ ਵੀ ਮੰਗ ਤਾਂ ਹੈਗੀ ਹੈ ਜੀ ਵੈਸੇ ਵੀ ਤੁਸੀਂ ਜੇ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਕਲਚਰ ਨੂੰ ਜਾਂ ਪੰਜਾਬੀ ਸਿਨੇਮਾ ਨੂੰ ਹੋਰ ਬੁਲੰਦੀਆਂ 'ਤੇ ਦੇਖਣਾ ਚਾਹੁੰਦੇ ਹੋ ਹਾਂਜੀ ਜ਼ਰੂਰ ਇਹਨਾਂ ਕੇ ਸਹਿਯੋਗ ਦਿਆ ਕਰੋ ਜਾਂ ਜੇ ਆਪਣੇ ਆਪ ਨੂੰ ਹੀ ਪਿਆਰ ਕਰਦੇ ਤਾਂ ਲੱਗਦਾ ਕਿ ਤੁਹਾਨੂੰ ਹੱਸਣ ਦਾ ਅਧਿਕਾਰ ਹੈ ਤਾਂ ਫਿਰ ਜ਼ਰੂਰ ਦੇਖਣਾ ਉਹ ਫਿਲਮ ਅਤੇ ਨਾਲੇ ਭਾਅ ਜੀ ਵੈਸੇ ਵੀ ਪਾਇਰੇਟਡ DVD ਸੀਡੀਜ਼ ਸਾਰੀਆਂ ਉਹ ਸਿੱਧ ਹੋ ਚੁੱਕਿਆ ਜਿੰਨਾ ਵੀ ਤੁਸੀਂ ਉਹ ਪਾਇਰੇਟਡ DVD ਸੀਡੀਜ਼ ਲੈਂਦੇ ਹੋ ਜਿੰਨਾ ਉਹ ਪੈਸਾ ਖਰਚ ਕਰਦੇ ਹੋ ਟੈਰਰਿਜ਼ਮ ਨੂੰ ਫੰਡ ਕਰਦੇ ਹੋ ਆਪਣੇ ਭੈਣ ਭਰਾਵਾਂ ਬੱਚਿਆਂ ਲਈ ਤੁਸੀਂ ਬੰਬ ਖਰੀਦਦੇ ਹੋ ਸੋ ਪਲੀਜ਼ ਉਧਰਲੇ ਪਾਸੇ ਨਾ ਜਾਓ ਜਦੋਂ ਵੀ ਦੇਖਣੀ ਹੈ ਰੀਅਲ DVD ਲੈ ਕੇ ਜਾਂ ਫਿਰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਦੇਖੋ ਵੈਸੇ ਭਾਅ ਜੀ ਇੰਨੀ ਤਗੜੀ ਕਾਮੇਡੀ ਥੀਏਟਰ 'ਚ ਦੇਖਣ ਦਾ ਮਜ਼ਾ ਆਉਂਦਾ ਬਿਲਕੁਲ ਬਿਲਕੁਲ ਘਰਾਂ 'ਚ ਕੀ ਉਹ ਛੋਟੀ ਸਕਰੀਨ 'ਤੇ ਹਾਂਜੀ ਹਾਂਜੀ ਬਾਅਦ 'ਚ ਦੇਖੋ ਜੋ TV 'ਤੇ ਆਉਂਦੀ ਹੈ ਵੱਡੀ ਸਕਰੀਨ ਦੇਖੋਗੇ ਹਾਸਾ ਆਏਗਾ ਘਰੇ ਦੇਖੋਗੇ ਹਾਸੀ ਆਏਗੀ ਅੱਛਾ ਭਾਅ ਜੀ ਤੁਸੀਂ ਔਨ ਸੈਟ ਤਾਂ ਬਹੁਤ ਮਸਤੀ ਕਰਦੇ ਹੀ ਕਰਦੇ ਹੋ ਕੋਈ ਇਹੋ ਜਿਹਾ ਮੂਮੈਂਟ ਜਦੋਂ ਕੁਛ ਵੈਰੰਟੀ 'ਚ ਇਕੱਠੇ ਬੈਠਦੇ ਆ ਰੋਟੀ ਪਾਣੀ ਖਾਂਦੇ ਆ ਹੈ ਨਾ ਕੋਈ ਆਫ ਸੈਟ ਜਿਹੜੀ ਮਸਤੀ ਜਿਹੜੀ ਮਤਲਬ ਤੁਸੀਂ ਇੱਕ ਦੂਸਰੇ ਨਾਲ ਕੁਝ ਪ੍ਰੈਂਕ ਕਰਦੇ ਹੋ ਕਦੀ ਵਾਧੂ ਸਾਰੇ ਪ੍ਰੈਂਕ ਹੀ ਚੱਲਦੇ ਜੀ ਸਾਰੇ ਸਾਰੇ ਪ੍ਰੈਂਕ ਪ੍ਰੈਂਕ ਜੀ ਫਿਲਮ ਬਣਾ ਦਿੰਦੇ ਅਸੀਂ ਕੋਈ ਯਾਦਗਾਰੀ ਅਸੀਂ ਫ੍ਰੈਂਕ ਇੰਨੇ ਆ ਵੀ ਸਾਡੇ ਪ੍ਰੈਂਕ ਫੜੇ ਜਾਂਦੇ ਆ ਅੱਛਾ ਗੁੱਗੀ ਭਾਈ ਨਾ ਇੱਕ ਸੈਕਿੰਡ ਹਲਕਾ ਜਿਹਾ ਲੈਂਦੇ ਨੇ ਕਿ ਤੁੱਕਬੰਦੀ ਕਿੱਦਾਂ ਜੁੜਨੀ ਨਾਲ ਨਹੀਂ ਮੈਂ ਸੋਚਦਾ ਵੀ ਜਵਾਬ ਦੇਣ ਮੁੰਡੇ ਜਿਵੇਂ ਅੱਜ ਦਾ ਹੀ ਅੱਜ ਦਾ ਲਿਆਜ ਕਰਕੇ ਅੱਜ ਦਾ ਹੀ ਲਾ ਲਓ ਅੱਜ ਦਾ ਹੀ ਹੁਣ ਅਸੀਂ ਵਾਈਟ ਹਿਲ ਸਾਡੇ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੇ ਸਟੂਡੀਓਜ਼ ਦੇ ਵਿੱਚ ਬੈਠੇ ਸੀਗੇ ਤਾਂ ਮੈਂ ਤੇ ਕਰਮਜੀਤ ਅਨਬੋਲ ਪਹਿਲਾਂ ਪਹੁੰਚ ਕੇ ਭਾਅ ਜੀ ਨੇ ਘਰੇ ਜਾਣਾ ਸੀਗਾ ਪੱਗ ਵਗੈਰਾ ਚੇਂਜ ਕਰਕੇ ਫਿਰ ਆਉਣਾ ਸੀ ਇਹਨਾਂ ਨੇ ਕੱਪੜੇ ਚੇਂਜ ਕਰਨੇ ਸੀ ਹਾਂਜੀ ਤਾਂ ਮੈਂ ਉਹਨਾਂ ਨੂੰ ਆਉਣ ਸਾਰੀ ਫਿਕਰ ਪਾਤਾ ਮੈਂ ਤੁਹਾਡੀ ਘੁੱਗੀ ਭਾਅ ਜੀ ਨਾਲ ਗੱਲ ਹੋ ਗਈ ਕਹਿੰਦੇ ਹਾਂ ਮੈਂ ਕਿਹਾ ਕਹਿੰਦੇ ਉਹ ਆ ਰਹੇ ਨੇ ਮੈਂ ਕਿਹਾ ਨਹੀਂ ਉਹਨਾਂ ਨੇ ਮੈਨੂੰ ਕਹਿਤਾ ਸੀਗਾ ਵੀ ਉਹ ਕਹਿਣਗੇ ਇੱਦਾਂ ਹੀ ਵੀ ਮੈਂ ਆ ਰਿਹਾ ਪਰ ਆਉਣਾ ਨਹੀਂ ਵੀ ਸਾਡੀ ਇੰਟਰਵਿਊ ਸ਼ੁਰੂ ਕਰ ਲਓ ਤੁਸੀਂ ਕਿੱਦਾਂ ਕਿੱਦਾਂ ਉਹ ਸ਼ਾਇਦ ਮਾਹੌਲ ਬਣਦਾ ਬਣਦਾ ਇੱਥੇ ਤੱਕ ਸੱਚੀ ਗਰਮ ਹੋ ਗਿਆ ਉਹਨਾਂ ਦੇ ਦੇਖਣ ਵਾਲੇ ਸੀ ਮਾਹੌਲ ਇੱਥੇ ਤੁਰੇ ਫਿਰਦੇ ਨਹੀਂ ਆਏ ਨਹੀਂ ਕਿੱਦਾਂ ਤੁਰ ਪਏ ਚੱਲ ਪਏ ਪਰ ਉਹ ਇਹਨਾਂ ਦੇ ਜਿਹੜੇ ਮੈਨੇਜਰ ਨੇ ਉਹਨਾਂ ਨੂੰ ਫੋਨ ਕਰਨ ਲੱਗੇ ਹਾਂ ਤੁਰਦੇ ਨੇ ਕਹਿੰਦੇ ਪਰ ਤੁਰ ਤਾਂ ਰਹੇ ਨਹੀਂ ਘਰ ਤਾਂ ਨੇੜੇ ਆ ਮੈਂ ਕਿਹਾ ਤੁਹਾਨੂੰ ਦੱਸਤਾ ਉਹਨਾਂ ਨੇ ਨਹੀਂ ਆਉਣਾ ਯਾਰ ਇੱਦਾਂ ਦਾ ਬਣਾਉਂਦੇ ਰਹੇ ਨੇ ਭਾਅ ਜੀ ਜਿਹੜਾ ਆ ਗਿਆ ਮਤਲਬ ਜਿਹੜਾ ਮੁਰਗਾ ਮਿਲ ਜਾਏ ਬਣਾ ਦਿੰਦੇ ਜੇ ਨਾ ਬਣੇ ਭਾਅ ਜੀ ਪੈਸੇ 2 ਕਿਲੋ ਲੈ ਆਈ ਤਾਂ ਸ਼ਾਮ ਭਾਈ ਕਦੇ ਕਦੇ ਤਾਂ ਕਰਦੇ ਬੱਕਰਾ ਬਣਾਉਣ ਦੀ ਜੇ ਅਗਲਾ ਬੱਕਰਾ ਨਾ ਬਣੇ ਫਿਰ ਮੁਰਗਾ ਮੁਰਗਾ ਤਾਂ ਲੱਭ ਹੀ ਲੈਂਦੇ ਆ ਮਤਲਬ ਕੋਈ ਨਾ ਕੋਈ ਨੌਨ ਵੈਜ ਚੱਲ ਜਾਂਦਾ ਅੱਛਾ ਭਾਈ 2 ਤਾਂ ਚਲੋ ਆ ਰਹੀ ਲੋਕੀ ਪਸੰਦ ਕਰਨਗੇ ਮੈਨੂੰ ਲੱਗਦਾ ਨਾਲ ਨਾਲ 3 ਦੀ ਤਿਆਰੀ ਵੀ ਹੋ ਗਈ ਹੋਊਗੀ ਉਹਦੀ ਅਨਾਊਂਸਮੈਂਟ ਕਰਤੀ ਸੀ ਆਪਾਂ ਪਹਿਲੇ ਅਨਾਊਂਸਮੈਂਟ ਹੋ ਗਈ ਸੀ ਅੱਛਾ ਉਹ ਚ ਵੀ ਸਾਰੇ ਫਿਰ ਇਦਾਂ ਹੀ ਫੁੱਲ ਧਮਾਲ ਦੇਖਣ ਨੂੰ ਮਿਲੇਗਾ ਉਹਦਾ ਵੀ ਜਿਹੜਾ ਆਈਡੀਆ ਡਿਸਕਸ ਹੋ ਗਿਆ ਉਹ ਵੀ ਅਲਟੀਮੇਟ ਕਾਮ
ਸੁਨੇਹਾ ਦਿਓ ਭਾਅ ਜੀ। ਨਹੀਂ ਅਸੀਂ ਸਿੱਧੀ ਗੱਲ ਜੀ, ਜਿੱਥੇ ਵੀ ਅਸੀਂ ਸਾਰੇ ਜਿਹੜੇ ਤਖਤੋ ਤਾਜ ਬਖਸ਼ੇ ਹੋਏ ਨੇ ਤੁਹਾਡੀ ਬਦੌਲਤ ਹੈ ਜੀ, ਸਾਰਿਆਂ ਦੀ ਤੁਹਾਡੇ ਸਾਹਮਣੇ ਸਾਡੇ ਸਾਰਿਆਂ ਦਾ ਸਿਰ ਝੁਕਦਾ ਜੀ। ਸੋ ਅਸੀਂ ਸੁਨੇਹ ਦੇਣ ਜੋਗੇ ਹੋਏ ਨਹੀਂ, ਐਡਾ ਕੱਦ ਅਸੀਂ ਆਪਦਾ ਨਹੀਂ ਮੰਨਦੇ ਵੀ ਸਾਡਾ ਐਡਾ ਕੱਦ ਹੈ। ਤੁਹਾਤੋਂ ਸੁਨੇਹ, ਤੁਹਾਡੀਆਂ ਸੁਜੈਸ਼ਨਸ ਆਲਵੇਜ਼ ਲੈਂਦੇ ਹੁੰਦੇ ਹਾਂ। ਸੋ ਫਿਰ ਤੁਹਾਡੇ ਚਰਨਾਂ ਦੇ ਵਿੱਚ ਦਰਖਾਸਤ ਹੈ ਜੀ, ਬੇਨਤੀ ਹੈ ਸਾਡੀ ਵੀ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਸਾਡੀ ਇਹ ਮੂਵੀ ਦੇਖੋ, ਕੈਰੀ ਓਨ ਜੱਟਾ 2 ਜਿਹੜੀ 1 June ਨੂੰ ਆ ਰਹੀ ਹੈ। ਔਰ ਇਸ ਗੱਲ ਦੀ ਗਰੰਟੀ ਹੈ, ਤੁਹਾਨੂੰ ਬੇਹੱਦ ਪਸੰਦ ਆਊਗੀ, ਹੱਸ ਹੱਸ ਕੇ ਲੋਟ ਪੋਟ ਕਰ ਦੂਗੀ ਜੀ। ਅਸੀਂ ਤੁਹਾਡੇ ਵਾਸਤੇ ਹੱਸਣ ਦਾ ਸੁਨੇਹਾ ਲੈ ਕੇ ਆਏ ਹਾਂ, ਆਪਣੇ ਆਪ ਨੂੰ ਖੁਸ਼ ਰੱਖਣ ਦਾ ਸੁਨੇਹਾ ਲੈ ਕੇ ਆਏ ਹਾਂ। ਸੋ ਇਸ ਸੁਨੇਹੇ ਨੂੰ ਸਵੀਕਾਰ ਕਰਦੇ ਹੋਏ ਸਾਰੇ ਹੁੰਮ ਹੁਮਾ ਕੇ 1 June ਨੂੰ ਥੀਏਟਰਸ ਦੇ ਵਿੱਚ ਪਹੁੰਚੋ। ਔਰ ਐਵਰ ਬਿਗੈਸਟ ਓਪਨਿੰਗ ਜਿਹੜੀ ਹੈ ਅਸੀਂ ਕੈਰੀ ਓਨ ਜੱਟਾਂ ਨੂੰ ਲਾਉਣੀ ਹੈ। ਸਾਰੇ ਪੰਜਾਬੀਆਂ ਨੇ ਸਾਡੇ ਨਾਲ ਪ੍ਰੋਮਿਸ ਕਰੋ ਕਿ ਅੱਜ ਰਿਕਾਰਡ ਬੀਟ ਕਰਾਂਗੇ ਐਵਰ ਬਿਗੈਸਟ ਓਪਨਿੰਗ ਕਿਸੇ ਫਿਲਮ ਨੂੰ ਜੇ ਲੱਗੀ ਹੋਏਗੀ ਤਾਂ ਕੈਰੀ ਓਨ ਜੱਟਾ 2 ਨੂੰ। ਬਿਲਕੁਲ ਜੀ, ਬਿਲਕੁਲ, ਤੁਹਾਡੇ ਲੱਗੇ ਪੈਸਿਆਂ ਦਾ ਵਿਆਸ ਸਮੇਤ ਮੁੱਲ ਮੁੜੂਗੀ ਸਾਡੀ ਮੂਵੀ ਕੈਰੀ ਓਨ ਜੱਟਾ 2। ਕਿਆ ਬਾਤ, ਸੋ ਜ਼ਰੂਰ ਦੇਖਣਾ ਤੁਸੀਂ। ਬਿਲਕੁਲ ਜੀ, ਮੇਰੇ ਵੱਲੋਂ ਵੀ ਅਪੀਲ ਹੈ, ਜ਼ਰੂਰ ਦੇਖਣ ਜਾਇਓ, ਮੈਂ ਵੀ ਦੇਖਣ ਜਾਊਂਗਾ ਭਾਅ ਜੀ, ਪੱਕਾ ਮੇਰੇ ਵੱਲੋਂ ਸੈਲਫੀ ਵੀ ਨਾਲ ਭੇਜੂਗਾ। ਮੋਸਟ ਮੂਵੀ ਹੈ, ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਕਹੀ, ਮੈਂ ਕਿਹਾ ਤੁਹਾਡੀ ਟਿਕਟ ਅਸੀਂ ਦੇ ਦਾਂਗੇ, ਅੱਜ ਕਹਿੰਦੇ ਮੈਂ ਟਿਕਟ ਲੈ ਕੇ ਦੇਖਣੀ। ਮੈਂ ਵੀ ਐਕਟਰ ਭਾਅ ਜੀ, ਮੈਨੂੰ ਪਤਾ ਜਿਹੜੇ ਕਹਿੰਦੇ ਨਾ ਤੁਹਾਡੀ ਫਿਲਮ ਤੁਹਾਨੂੰ ਟਿਕਟ ਦੇ ਦਿਓ, ਮੈਨੂੰ ਤਾਂ ਉਲਟਾ ਤੁਸੀਂ ਟਰਾਲੀਆਂ ਭਰ ਭਰ ਕੇ ਆਓ, ਤੁਹਾਨੂੰ ਟਿਕਟ ਕਿਉਂ ਦੇਣੀ ਹੈ, ਤੁਸੀਂ ਟਰਾਲੀਆਂ ਭਰ ਭਰ ਜਾਣਾ ਜੀ। ਸੋ ਥੈਂਕ ਯੂ ਸੋ ਮਚ ਭਾਅ ਜੀ ਸਾਡੇ ਸ਼ੋਅ ਦੇ ਵਿੱਚ ਆਉਣ ਦੇ ਲਈ, ਚਾਰ ਚੰਦ ਲਾਉਣ ਦੇ ਲਈ, ਔਰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ ਨੇ ਕਿ ਤੁਹਾਡੀ ਫਿਲਮ ਸੁਪਰ ਡੁਪਰ ਹਿੱਟ ਹੋਵੇ, ਅੱਗੇ ਵਾਲੇ ਪ੍ਰੋਜੈਕਟ ਵੀ ਸੁਪਰ ਡੁਪਰ ਹਿੱਟ ਹੋਣ। ਬਹੁਤ ਸ਼ੁਕਰੀਆ ਤੁਹਾਡਾ ਜੀ, PTC ਦਾ ਔਰ ਸਾਡੇ ਦਰਸ਼ਕਾਂ ਦਾ ਜਿਹੜੇ ਹਮੇਸ਼ਾ ਸਾਨੂੰ ਮਨਾ ਮੋਈ ਪਿਆਰ ਬਖਸ਼ਦੇ ਆ। ਚੜ੍ਹਦੀ ਕਲਾ ਚ ਰੱਖਣ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਵੀਰੇ।